ਤਿੱਕੜ ਨਾਲ ਕਦੋਂ ਤੋਂ ਪਿਆਰੇ ਸ਼ੁਰੂ ਤੋਂ ਹੀ ਪਿਆਰੇ ਹਾਂ ਸ਼ੁਰੂ ਤੋਂ ਹੀ ਹਾਂ ਸਾਨੂੰ ਸਾਡੀ ਫੇਵਰਿਟ ਐਕਟੀਵਿਟੀ ਕੀ ਹੁੰਦੀ ਸੀ ਕਿ ਮੈਚ ਦੇਖਣਾ ਜੇ ਮੈਚ ਦੇ ਵਿੱਚ ਬ੍ਰੇਕ ਆ ਗਈ ਉਦੋਂ ਆਪ ਖੇਡ ਲੈਣਾ ਫਿਰ ਮੈਚ ਦੇਖ ਲੈਣਾ ਉਹ ਆਪਾਂ ਆਫ ਦਾ ਕੈਮਰਾ ਵੀ ਗੱਲ ਕਰਦੇ ਆ ਕਿ ਕਿਤੇ ਨਾ ਕਿਤੇ ਉਹਦੀ ਪ੍ਰੈਜੈਂਸ ਹੋਣ ਦੇ ਨਾਲ ਬਹੁਤ ਚੀਜ਼ਾਂ ਡਿਫਰੈਂਟ ਸੀਗੀਆਂ ਸਿੱਧੂ ਨੇ ਤੁਹਾਡੇ ਨਾਲ ਬਹੁਤ ਮੇਜਰ ਪ੍ਰੋਜੈਕਟਸ ਕੀਤੇ ਆ ਆਪਣੀ ਲਾਈਫ ਤੇ ਹੈਨਾ ਪੀਬੀਐਕਸ 1 ਹੋ ਗਿਆ ਜਸ ਲਿਸਨ ਬੈਡ ਫੈਲਾ ਹੈਨਾ ਆਰ ਡਾਲਰ ਵਰਗੇ ਗੀਤ ਜਿਹੜੇ ਆ ਗਏ 올ਡ ਸਕੂਲ ਜੋ ਕਿ ਪ੍ਰੇਮ ਔਰ ਸਿੱਧੂ ਦਾ ਸੇਗਾ ਹੋਰ ਵੀ ਬਹੁਤ ਸਾਰੇ ਤੁਸੀਂ ਬੂਟ ਕੱਟ ਜਿਹੜਾ ਕੀਤਾ ਹੈਨਾ ਫਰੇਮ ਦੇ ਲਈ ਬਹੁਤ ਸਾਰੇ ਤੁਸੀਂ ਸਿੱਧੂ ਦੇ ਜਿਹੜੇ ਆ ਇਨੀਸ਼ੀਅਲ ਸਟੇਜ ਸੀ ਜਦੋਂ ਉਹਨਾਂ ਦੇ ਕੈਰੀਅਰ ਦੀ ਬਹੁਤ ਹਿੱਟ ਗਏ ਆ ਸੁਪਰ ਟੋਪਰ ਹਿੱਟ ਤਾਨੂੰ ਕਿੰਨਾ ਕਿ ਲਾਸ ਫੀਲ ਹੁੰਦਾ ਐਜ਼ ਅ ਫਰੈਂਡ ਇੱਕ ਗ੍ਰੇਟ ਲਿਰਿਸਿਸ ਸੀ ਗ੍ਰੇਟ ਸਿੰਗਰ ਸੀ ਉਹ ਮਰਦਾ ਨਾ ਉਹਨੂੰ ਕੋਈ ਹੋਰ ਪਨਿਸ਼ਮੈਂਟ ਮਿਲ ਜਾਂਦੀ ਕੋਈ ਕੁਝ ਵੀ ਹੋਰ ਹੋ ਜਾਂਦਾ ਪਰ ਉਹਦੀ ਡੈਥ ਨਾ ਹੁੰਦੀ ਪਰ ਮੈਨੂੰ ਐ ਲੱਗਦਾ ਸੀ ਕਿ ਉਹਨੂੰ ਉਹ ਤਾਂ 2018 ਤੋਂ ਹੀ ਅਨਸੇਫ ਫੀਲ ਕਰ ਰਿਹਾ ਸੀ ਓਕੇ ਹਾਂ ਮਤਲਬ ਜਦੋਂ ਇੱਕ ਹਾਈਪ ਮਿਲ ਗਈ ਸੀ ਹੈਨਾ ਹਾਂ ਮਤਲਬ 2018 ਤੋਂ ਉਹਨੂੰ ਐ ਲੱਗਦਾ ਹੁੰਦਾ ਸੀ ਕਿ ਕੁਝ ਗੜਬੜ ਹੋ ਰਹੀ ਆ ਬਹੁਤ ਕੁਝ ਹੁਣ ਮੈਨੂੰ ਐ ਲੱਗਦਾ ਕਿ ਫਿਲਮ ਕਰ ਲੈਣੀ ਚਾਹੀਦੀ ਹੈ। ਮੈਂ ਇਹ ਕਹਿਣਾ ਚਾਹੁੰਦਾ ਜਿਹਨੇ ਕ੍ਰੀਏਟੀਵਿਟੀ ਦਿਖਾਣੀ ਉਹ ਤਾਂ 6 ਸਕਿੰਟ ਦੀ ਰੀਲ ਚ ਵੀ ਦਿਖਾ ਦੇਣਾ। ਘਾਟੇ ਬਹੁਤ ਖਾਦੇ ਤੁਸੀਂ ਵੀ ਜ਼ਿੰਦਗੀ ਦੇ ਵਿੱਚ? ਨਹੀਂ ਨਹੀਂ ਮੈਂ ਨਹੀਂ ਖਾਂਦੇ। ਸੱਚੀ ਨਹੀਂ ਖਾਂਦੇ। ਨਹੀਂ ਮੇਰਾ ਤਾਂ ਓਕੇ ਆ ਸਾਰਾ। ਇੰਟਰਵਿਊ ਲਈ ਬੰਦਾ ਕਹਿ ਦਿੰਦਾ ਕਿ ਯਾਰ ਮੈਂ ਬਹੁਤ ਘਾਟੇ ਖਾਂਦੇ। ਮੈਂ ਬਹੁਤ ੱੱਕੇ ਵੀ ਖਾਂਦੇ। ਹਾਂ ਬਹੁਤ ੱੱਕੇ ਖਾਂਦੇ ਆ। ਉਹ ਕਹਿੰਦਾ ੱੱਕੇ ਕਿਵੇਂ ਖਾਂਦੇ ਆ? ਕਹਿੰਦਾ ਪਿੱਛੋਂ ਯਾਰ ਦੋਸਤ ਨੇ ਆ ਕੇ ੱੱਕਾ ਦੇ ਦਿੱਤਾ। ਦਮਾ ਗਿਆ ਕਿ ਤੁਸੀਂ ਬਹੁਤ ਸਾਰੇ ਆਰਟਿਸਟਾਂ ਨਾਲ ਕੰਮ ਕੀਤਾ ਹੈ ਬਟ ਇਦਾਂ ਦਾ ਕੋਈ ਆਰਟਿਸਟ ਖਾਸ ਕਰਕੇ 뮤직 ਵੀਡੀਓ ਦੇ ਵਿੱਚ ਪੁੱਛ ਰਹੀ ਆ ਇਦਾਂ ਦਾ ਕੋਈ ਆਰਟਿਸਟ ਜੋ ਤੁਸੀਂ ਚਾਹੁੰਦੇ ਹੋ ਕਿ ਹਾਂ ਮੇਰੀ ਕੈਮਰਾ ਅੱਖ ਦੀ ਵਿੱਚ ਕੈਪਚਰ ਹੋਣਾ ਚਾਹੀਦਾ ਅ ਦਿਲਜੀਤ ਭਾਜੀ ਤੇ ਜੇ ਫਿਲਮ ਕਰਨ ਦਾ ਮੌਕਾ ਮਿਲ ਜਾਏ ਨਾਲ ਹਾਂ ਫਿਰ ਤਾਂ ਸੋਨੇ ਦਾ ਸੌਗਾ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਐਂਡ ਬਾਲੀਵੁੱਡ ਅੜਕਾ ਪੰਜਾਬੀ ਮਹਿਤੋੜਨਲ ਨਹੀਂ ਹਮਨ ਹਸ ਪਹੁੰਚ ਚੁੱਕਿਆ ਨੂਰ ਮਹਿਲ ਔਰ ਇੱਥੇ ਤੁਹਾਡੀ ਮੁਲਾਕਾਤ ਕਰਾਵਾਂਗੇ ਦੀ ਫਿਲਮਸ ਵਾਲੇ ਰਾਹੁਲ ਚਾਹਲ ਜੀ ਨਾਲ ਜੀ ਹਾਂ ਨੂਰਮੈਲ ਦੇ ਰਹਿਣ ਵਾਲੇ ਨੇ ਉਹਨਾਂ ਦੇ ਘਰ ਆਏ ਹੋਏ ਆ ਮੈਨੂੰ ਲੱਗਦਾ ਹੈ ਕਿਉਂਕਿ ਉਹਨਾਂ ਨੂੰ ক্রিকেট ਖੇਡਣ ਦਾ ਬਹੁਤ ਸ਼ੌਕ ਹੈ ਤੇ ਹੁਣੇ ਨਿਕਲੇ ਨੇ ਉਹ ਗਰਾਊਂਡ ਵੱਲ ਉੱਥੇ ਜਾਣੇ ਉੱਥੇ ਗੱਲਾਂ ਬਾਤਾਂ ਕਰਾਂਗੇ ਬਹੁਤ ਸਾਰੇ ਅੱਜ ਤੱਕ ਰਾਹੁਲ ਚਾਹਲ ਨੇ ਜਿਹੜੀ ਪੰਜਾਬੀ 뮤직 ਵੀਡੀਓਜ਼ ਹੈ ਸ਼ੂਟ ਕੀਤੀਆਂ ਹੋਈਆਂ ਸਿੱਧੂ ਦੇ ਬਹੁਤ ਸਾਰੇ ਜਿਹੜੇ ਗੀਤ ਹੈ ਉਹਨਾਂ ਨੇ ਸ਼ੂਟ ਕੀਤੇ ਹੋਏ ਹੈ ਉਸ ਤੋਂ ਇਲਾਵਾ ਪ੍ਰੇਮ ਤੇ ਲੋਦੇ ਗੀਤ ਸ਼ੂਟ ਕੀਤੇ ਹੈ ਸਿੱਪੀ ਗਿੱਲ ਦੇ ਹਿੰਮਤ ਸੰਧੂ ਦੇ ਬਹੁਤ ਸਾਰੇ ਆਰਟਿਸਟ ਹੈ ਬਹੁਤ ساری ਗੱਲਾਂ ਬਾਤਾਂ ਕਰਦੀ ਹੈ ਸੋ ਟਾਈਮ ਵੇਸ ਨਹੀਂ ਕਰਦੇ ਸਿੱ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਦੱਸੋ ਬਸ ਵਧੀਆ ਹੁਣ ਅਸੀਂ ਤੁਹਾਡੇ ਘਰ ਵੱਲ ਗਏ ਪਰ ਤੁਸੀਂ ਨਿਕਲ ਗਏ ਮੈਂ ਕਿ ਅਖਰ ਗਰਾਊਂਡ 'ਚ ਹੀ ਮਿਲਣਾ ਤੁਸੀਂ ਨਹੀਂ ਨਹੀਂ ਵਧੀਆ ਕੀਤਾ ਤੁਸੀਂ ਆ ਗਏ ਨਾਲੇ ਗਰਾਊਂਡ ਦੇ ਵੀ ਦਰਸ਼ਨ ਹੋ ਗਏ ਬਿਲਕੁਲ ਬਿਲਕੁਲ ਤੁਹਾਡਾ ਜ਼ਿਆਦਾ ਟਾਈਮ ਵੈਸੇ ਇੱਥੇ ਸਪੈਂਡ ਹੁੰਦਾ ਨਾ ਬਿਲਕੁਲ ਵੈਲਕਮ ਟੂ ਨੂਰਮੈਲ ਥੈਂਕ ਯੂ ਥੈਂਕ ਯੂ ਵਧੀਆ ਲੱਗਾ ਤੁਸੀਂ ਸਾਰੇ ਜਣੇ ਨੂਰਮੈਲ ਆਏ ਥੈਂਕ ਯੂ ਜੀ ਥੈਂਕ ਯੂ ਸਾਨੂੰ ਮੌਕਾ ਦੇਣ ਲਈ ਕਿ ਇੱਥੇ ਆਈਏ ਆਪਾਂ ਬੈਠ ਕੇ ਗੱਲਬਾਤ ਕਰੀਏ ਹਾਂ ਬਿਲਕੁਲ ਆਜੋ ਸਰ ਰਾਹੁਲ ਇਹ ਰੂਟੀਨ ਡੇਲੀ ਦਾ ਹੈ ਇੱਥੇ ਦੇਖੋ ਜਦੋਂ ਇੰਡੀਆ ਹੁੰਦਾ ਫਿਰ ਤਾਂ ਵਧੀਆ ਲੱਗਦਾ ਕਿ ਨਾਲੇ ਤਾਂ ਇੱਕ ਤੁਸੀਂ ਫਿਜ਼ੀਕਲੀ ਉੱਦਾਂ ਫੈਟ ਰਹੇ ਨੇ ਹੋ ਇੱਕ ਕੋਈ ਨਾ ਕੋਈ ਮਤਲਬ ਉੱਦਾਂ ਕੀ ਕਰਨਾ ਇੱਥੇ ਰਾਈਟ ਮੋਸਟਲੀ ਲੋਕ ਮਿਲੰਦਾ ਜਦੋਂ ਇੰਡੀਆ ਤੋਂ ਆਉਂਦੇ ਇੰਡੀਆ ਆਉਂਦੇ ਆ ਉਹਨਾਂ ਨੂੰ ਇਦਾਂ ਹੁੰਦਾ ਕਿ ਯਾਰ ਦਿਨ ਤਾਂ ਘੁੰਮ ਫਿਰ ਕੇ ਜਲੰਧਰ ਚੱਲ ਗਏ ਲੁਧਿਆਣੇ ਚੱਲ ਗਏ ਚੰਡੀਗੜ੍ਹ ਚੱਲ ਗਏ ਘੁੰਮ ਕੇ ਕੱਢਤਾ ਮੁੜ ਕੇ ਸ਼ਾਮ ਨੂੰ ਕੀ ਕਰਨਾ ਤੇ ਇੱਥੇ ਸ਼ਾਮ ਨੂੰ ਸਾਰੇ ਬੱਚੇ ਆ ਜਾਂਦੇ ਆ 4:30 ਵਜੇ ਸਟਾਰਟ ਕਰ ਲੀਦੀ ਆ ਤੇ ਥੱਕ ਕੇ 7:60 7 ਤੱਕ ਘਰ ਜਾਈਦਾ ਫਿਰ ਆਮਨ ਤਾ ਮਤਲਬ ਦਿੱਲੀ ਦਾ ਹੀ ਆ ਹੁਣ ਜਦ ਤੁਸੀਂ ਕਹਿ ਰਹੇ ਹੋ ਕਿ ਨਾ ਕਈ ਲੋਕ ਜਿਹੜੇ ਆਂਦੇ ਇੰਡੀਆ ਬਾਹਰੋਂ ਆਂਦੇ ਬਹੁਤ ਟਾਈਮ ਬਾਅਦ ਆਂ ਜਿਹੜਾ ਲੱਗਦਾ ਸਾਲ ਦੇ ਵਿੱਚ ਫਿਰ ਘੁੰਮਦੇ ਫਿਰਦੇ ਜਲੰਧਰ ਆ ਤੁਹਾਡਾ ਵੀ ਤਾਂ ਜਿਹੜਾ ਲੱਗਦਾ ਹੀ ਹਿਮਾਚਲ ਵੱਲ ਬਹੁਤ ਮੈਂ ਦੇਖਿਆ ਤੁਹਾਡੀ ਸਨੈਪਸ ਤੇ ਵਿੱਚ ਹਾਂ ਮਤਲਬ ਸਾਨੂੰ ਅਸੀਂ ਛੋਟੇ ਹੁੰਦੇ ਜਦੋਂ ਘਰ ਦੇਣਾ ਜਾਂਦੇ ਹੁੰਦੇ ਸੀ ਤੇ ਉਹ ਉਹ ਸ਼ੁੱਟੇ ਹੁੰਦੇ ਹੁੰਦਿਆਂ ਦੀ ਮੈਮਰੀਜ਼ ਕੀ ਨੇ ਕਿ ਅਸੀਂ ਉਹ ਸਿਲੰਡਰ ਰੱਖ ਕੇ ਉੱਥੇ ਮੈਗੀ ਆ ਬਣਾਉਂਦੇ ਹੁੰਦੇ ਹੁਣ ਤਾਂ ਚਲੋ ਬਣੀਆਂ ਬਣਾਈਆਂ ਪਰ ਬੈਕ ਇੰਦਰ ਡੇਸਟ ਨਹੀਂ ਰੇੜੀਆਂ ਵੀ ਨਹੀਂ ਹੁੰਦੀਆਂ ਸੀ ਮੈਨੂੰ ਲੱਗਦਾ ਕੱਲੀ ਚਾਰਟ ਵਾਲੀਆਂ ਹੁੰਦੀਆਂ ਸੀ ਸੋ ਉਹ ਲੀਆਂ ਮੈਮਰੀਆਂ ਨੂੰ ਤਾਜ਼ਾ ਤਾਜ਼ਾ ਕਰਨ ਲਈ ਅਸੀਂ ਚਲ ਜੀਦਾ ਧਰਮਸ਼ਾਲਾ ਮਕਲੋੜਗੰਜ ਨਾਲ ਇੱਥੋਂ 3 3.5 ਘੰਟੇ ਲੱਗਦੇ ਤਾਂ ਈਜ਼ੀ ਆ ਜਾਣਾ ਤਾਂ ਮਤਲਬ ਕਦੇ ਕਦੇ ਉਧਰ ਵੀ ਜਾਇਦਾ ਅੱਛਾ ਕੰਮ ਨੂੰ ਲੈ ਕੇ ਕੀ ਹੈ ਫਿਰ ਇੱਥੇ ਹੁਣ ਇੰਡੀਆ ਆਓ ਸ਼ੂਟ ਕਰ ਰਹੇ ਹੋ ਇੱਥੇ ਕੁਝ ਨਵਾਂ ਹਾਂ ਮੈਂ ਗਾਣੇ ਕਰੀ ਜਨਾ ਹੁਣ ਪਹਿਲਾਂ ਹਿੰਮਤ ਸੰਧੂ ਦਾ ਕਰਿਆ ਸੀਗਾ ਇੱਕ ਹਰਿਆਣੇ ਤੋਂ ਕੁੜੀ ਉਹਨੇ ਡੈਬਿਊ ਕੀਤਾ ਹੈਪੀ ਰਾਈ ਕੋਟੀ ਸਾਹਿਬ ਦੇ ਲਿਰਿਕਸ ਆ ਤੇ ਇੱਕ ਹੌਣ ਸਿੰਘੇ ਦਾ ਗਾਣਾ ਕਰਨਾ ਮਤਲਬ ਗਾਣੇ ਨਾਲ ਦੇ ਨਾਲ ਚੱਲੀ ਜਾਂਦੇ ਆ ਪਰ ਇਦਾਂ ਹੁੰਦਾ ਨਾ ਕੰਮ ਹੁਣ ਆਪਾਂ ਇਹ ਵੀ ਨਹੀਂ ਸ਼ੋਅ ਕਰ ਸਕਦੇ ਕਿ ਅਸੀਂ 24/7 ਹੀ ਬਿਜ਼ੀ ਆ ਬਹੁਤ ਫ੍ਰੀ ਟਾਈਮ ਹੁੰਦਾ ਵਿੱਚ ਤਾਂ ਪਰ ਕਈ ਬੰਦੇ ਬਹੁਤ ਸ਼ੋਅ ਕਰਦੇ ਆਪਾਂ ਤਾਂ ਬਿਜ਼ੀ ਆ ਦੇਖੋ ਆਪੋ ਆਪਣੀ ਨੇਚਰ ਹੁੰਦੀ ਮੈਨੂੰ ਇਦਾਂ ਹੁੰਦਾ ਕਿ ਜੇ ਕੰਮ ਹੈਗਾ ਤਾਂ ਦੱਸ ਦਿਓ ਹੈਗਾ ਜੇ ਨਹੀਂ ਹੈਗਾ ਤਾਂ ਵਿਲੇ ਹੀ ਆ अच्छा ਜਿੱਦਾਂ ਕਿਉਂਕਿ ਮੋਸਟਲੀ ਤੁਹਾਡੀ ਵੀਡੀਓਜ਼ ਜਿਹੜੀ ਆਪਾਂ ਦੇਖੀਆਂ ਹੋਈਆਂ ਹੈ ਹੈਨਾ ਉਹ ਜ਼ਿਆਦਾ ਬਾਰ ਸ਼ੂਟ ਹੁੰਦੀਆਂ ਕਿਉਂਕਿ ਤੁਸੀਂ ਆਪ ਕੈਨੇਡਾ ਰਹਿੰਦੇ ਹੋ ਇੱਥੇ ਆ ਕੇ ਜਦੋਂ ਪੰਜਾਬ ਦੇ ਵਿੱਚ ਆਉਂਦੇ ਹੋ ਕੰਮ ਕਰਨਾ ਕੀਦਾ ਕਿ ਇਜ਼ੀ ਰਹਿੰਦਾ ਕਿਉਂਕਿ ਉੱਥੇ ਤੁਹਾਡਾ ਇੱਕ ਇੱਕ ਮਤਲਬ ਬਣਿਆ ਹੋਇਆ ਸਰਕਲ ਜਿਆ ਹੈ ਹੈਨਾ ਇੱਥੇ ਉਹਨਾਂ ਦਾ ਸਰਕਲ ਹੈਗਾ ਇੱਥੇ ਮੈਨੂੰ ਲੱਗਦਾ ਮੈਨੂੰ ਐ ਲੱਗ ਜਾਂਦਾ ਇੱਥੇ ਜ਼ਿਆਦਾ ਇਜ਼ੀ ਆ ਇੱਥੇ ਕਿਉਂਕਿ ਇਹ ਆ ਕਿ ਪ੍ਰੋਡਕਸ਼ਨ ਵਾਲੇ ਹੁੰਦੇ ਆ ਮਤਲਬ ਉੱਥੇ ਬਾਹਰ ਇਦਾਂ ਆ ਕਿ ਸਾਰਾ ਕੁਝ ਖੁਦ ਮੈਨੇਜ ਕਰਨਾ ਜੇ ਪਾਣੀ ਵੀ ਪਲਾਉਣਾ ਉਹਦਾ ਖੁਦ ਚੱਕ ਕੇ ਪਲਾਉਣਾ ਪੈਣਾ ਮਤਲਬ ਇਦਾਂ ਨਹੀਂ ਆ ਕਿ ਤੁਹਾਨੂੰ ਬਹੁਤ ਵੱਡੀ ਪ੍ਰੋਡਕਸ਼ਨ ਮਿਲੀ ਹੁੰਦੀ ਆ ਉਹੀ 5-6 ਜਣੇ ਹੁੰਦੇ ਆ ਸਾਰੇ ਜਣੇ ਉਹੀ ਆਪਸ ਵਿੱਚ ਕੰਮ ਵੰਡ ਕੇ ਕਰੀ ਜਾਂਦੇ ਆ ਇੱਥੇ 5-6 ਦੀ ਜਗ੍ਹਾ 50-60 ਜਣੇ ਹੁੰਦੇ ਆ ਤੇ ਉਹੀ ਕੰਮ ਈਜ਼ੀ ਹੋ ਜਾਂਦਾ ਪਰ ਇਹ ਆ ਮੈਂ ਮੈਨੂੰ ਇੱਕ ਸਰ ਨੇ ਗਿਆ ਸੀ ਮੈਂ ਕਿਹਾ ਯਾਰ ਇੱਥੇ ਲੋਕ ਬੜੇ ਹੁੰਦੇ ਆ ਕੰਮ ਕਰ ਲੈ ਉਹ ਕਹਿੰਦੇ ਜਦੋਂ ਵੀ ਸ਼ੂਟ ਕਰਦਾ ਹੁੰਦਾ ਉਹਨਾਂ ਨਾ ਹੁਣ ਇੰਡੀਆ ਆਣ ਕੇ ਕੋਸ਼ਿਸ਼ ਕਰਿਆ ਕਰ ਵੱਧ ਤੋਂ ਵੱਧ ਲੋਕਾਂ ਨੂੰ ਲੈ ਕੇ ਆਇਆ ਕਰ ਸ਼ੂਟ ਤੇ ਮੈਂ ਕਿਹਾ ਉਹ ਕਿਉਂ ਕਹਿੰਦਾ ਕਿਸੇ ਦਾ ਰੋਜਗਾਰ ਚੱਲਦਾ ਸੋ ਇਟਸ ਬੈਟਰ ਕਿ ਜਿੰਨੇ ਲੋਕ ਵੱਧ ਹੋਣਗੇ ਇੱਕ ਤਾਂ ਕੰਮ ਆਸਾਨ ਹੋ ਜਾਂਦਾ ਇੱਕ ਇਹ ਆ ਕਿ ਲੋਕਾਂ ਨੂੰ ਰੋਜਗਾਰ ਮਿਲਦਾ ਉਹ ਵੀ ਇੱਕ ਪੁਆਇੰਟ ਹੈਗਾ ਹਾਂਜੀ ਕਿ ਕਈ ਲੋਕਾਂ ਨੂੰ ਲੱਗਦਾ ਕਿ ਯਾਰ ਇੰਨੇ ਬੰਦੇ ਇਨਾ ਧਾਮ-ਚਾਮ ਕਿਉਂ ਪਰ ਉਹਦੇ ਪਿੱਛੇ ਬਹੁਤ ਅੱਛੀ ਗੱਲ ਹੈ ਨਾ ਕਿ ਬਹੁਤ ਸਾਰੇ ਲੋਕਾਂ ਨੂੰ ਕ੍ਰੂ ਦੇ ਵਿੱਚ ਜਿਹੜਾ ਕੰਮ ਮਿਲਦਾ ਤਾਂ ਕਿ ਚੱਲਦਾ ਰਵੇ ਆਪਣਾ ਉਹਨਾਂ ਦਾ ਡਿਨਰ ਕਿਉਂਕਿ ਸਾਨੂੰ ਨਹੀਂ ਆਮ ਬੰਦੇ ਨੂੰ ਐਂ ਦੇਖ ਕੇ ਲੱਗਦਾ ਕਿ ਕੀ ਆ ਕੈਮਰਾ ਚੱਕ ਕੇ ਲੱਗੇ ਆ ਕੀ ਕਰੀ ਜਾਂਦੇ ਆ ਪਰ ਬਹੁਤ ਲੋਕਾਂ ਦੀ ਰੋਟੀ ਚੱਲਦੀ ਆ ਕਿੰਨੇ ਲਾਈਟਾਂ ਵਾਲੇ ਆ ਕੈਮਰੇਮੈਨ ਜਾਂ ਕਰੂ ਵਾਲੇ ਆ ਜਾਂ ਆਰ ਡਾਇਰੈਕਟਰ ਆ ਮਤਲਬ ਆਪਾਂ ਇਮੇਜਿਨ ਹੀ ਨਹੀਂ ਕਰ ਸਕਦੇ ਕਿੰਨੇ ਲੋਕਾਂ ਦੀ ਰੋਟੀ ਚੱਲਦੀ ਆ ਸੋ ਇਹ ਵੀ ਇੱਕ ਤਰ੍ਹਾਂ ਦਾ ਵਧੀਆ ਰੋਜ਼ਗਾਰ ਆ ਤੇ ਮਤਲਬ ਮੈਨੂੰ ਇਹ ਆ ਕਿ ਜਿੰਨਾ ਕੁ ਅਸੀਂ ਐਫਰਟ ਕਰ ਸਕਦੇ ਆ ਉਨਾਂ ਕੁ ਅਸੀਂ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕਰੀਏ ਤੇ ਖੁਦ ਮਤਲਬ ਬੰਦਾ ਆਬਵੀਅਸਲੀ ਕੰਮ ਕਰਦਾ ਉਹ ਹੈ ਹੀ ਆ ਇਹ ਕੰਮ ਨੂੰ ਤੁਹਾਡੇ ਜਿਹੜੇ ਕੰਮ ਨੂੰ ਹੈ ਨਾ ਲੈ ਕੇ ਉਹਨਾਂ ਤੋਂ ਬਾਅਦ ਵਿੱਚ ਪੁੱਛਾਂ ਪਹਿਲੇ ਮੈਂ ক্রিকেট ਦੀ ਗੱਲ ਥੋੜਾ ਜਿਹਾ ਕਰਨਾ ਚਾਹਾਂਗੀ ਹੈ ਨਾ ਇੱਕ ক্রিকেট ਨਾਲ ਕਦੋਂ ਤੋਂ ਪਿਆਰ ਹੈ ਸ਼ੁਰੂ ਤੋਂ ਹੀ ਪਿਆਰ ਹੈ ਹਾਂ ਸ਼ੁਰੂ ਤੋਂ ਹੀ ਆ ਮਤਲਬ ਸਾਨੂੰ ਸਾਡੀ ਫੇਵਰਿਟ ਐਕਟੀਵਿਟੀ ਕੀ ਹੁੰਦੀ ਸੀ ਕਿ ਮੈਚ ਦੇਖਣਾ ਜੇ ਮੈਚ ਦੇ ਵਿੱਚ ਬ੍ਰੇਕ ਆ ਗਈ ਉਦੋਂ ਆਪ ਖੇਡ ਲੈਣਾ ਫਿਰ ਮੈਚ ਦੇਖ ਲੈਣਾ ਤੇ ਇਹ ਇਹ ਤਾਂ ਹੁਣ ਤੁਹਾਨੂੰ ਪਤਾ ਹੈ ਇੰਡੀਆ ਦੇ ਵਿੱਚ ਸਪੈਸ਼ਲੀ ਆ ਪੰਜਾਬ ਦੇ ਵਿੱਚ ਤਾਂ ਇਦਾਂ ਹੀ ਆ ਕਿ ਸਾਡੇ ਘਰ ਦੇ ਵਿੱਚ ਵੀ ਤਿੰਨ ਗਰਾਊਂਡ ਆ ਆ ਮਤਲਬ ਅਸੀਂ ਸਾਡੇ ਹਿਸਾਬ ਨਾਲ ਅਸੀਂ ਬਣਾਈਆਂ ਇੱਕ ਬਰਾਂਡੇ ਵਾਲੀ ਗਰਾਊਂਡ ਆ ਜਿੱਥੇ ਪਤਾ ਉਹ ਸ਼ਾਮੇ ਖੇਡ ਲਓ ਇੱਕ ਸ਼ਾਮ ਵਾਲੀ ਗਰਾਊਂਡ ਆ ਜਦੋਂ ਧੁੱਪ ਚੱਲ ਗਈ ਇੱਕ ਜਦੋਂ ਵੀਕਐਂਡ ਵਾਲੀ ਗਰਾਊਂਡ ਆ ਕਿ ਸਿਰਸਰੇ ਕੋਟੇ ਤੇ ਜਾ ਕੇ ਖੇਡਣਾ ਤੇ 올 ਹੀ ਸਪੇਸ ਅਸੀਂ ਯੂਟਿਲਾਈਜ਼ ਕਰ ਲੈਂਦੇ ਸੀ ਤੇ ਘਰ ਦੇ ਵੀ ਅੱਕੇ ਪੈ ਸੀ ਕਿ ਜਾਲੀਆਂ ਟੁੱਟੀਆਂ ਆਆਂ ਸਾਰਾ ਕੁਝ ਟੁੱਟਾ ਆ ਸੋ ਮੈਨੂੰ ਇਦਾਂ ਲੱਗਦਾ ਕਿ ਕੋਈ ਨਾ ਕੋਈ ਸ਼ੌਂਕ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਬੰਦੇ ਨੂੰ ਥੋੜਾ ਲਾਈਵਲੀ ਰੱਖਦਾ ਕਿਸੇ ਟਾਈਮ ਤੇ ਆਣ ਕੇ ਜਦੋਂ ਬਾਹਰ ਚਲ ਗਏ ਸੀ ਐ ਲੱਗਦਾ ਕਿ ਕੀ ਲੋੜ ਆ ਯਾਰ ਟਾਈਮ ਵੇਸਟ ਆ ਧੁੱਪੇ ਰੰਗ ਕਾਲੇ ਕਰੀ ਚੱਲੋ ਲੈਕ ਜਿਵੇਂ ਘਰ ਦੇ ਕਹਿੰਦੇ ਆ ਪਰ ਮੈਨੂੰ ਐ ਲੱਗਦਾ ਹੁੰਦਾ ਕਿ ਤੁਹਾਡਾ ਕੋਈ ਨਾ ਕੋਈ ਸ਼ੌਂਕ ਤਾਂ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਲਾਈਵਲੀ ਰੱਖਦਾ ਤੁਹਾਨੂੰ ਖੁਸ਼ ਰੱਖਦਾ ਤੇ ਆਈ ਥਿੰਕ ਇਟਸ ਵਨ ਆਫ ਥਮ ਤੁਸੀਂ ਬੀਐਡ ਕੀਤੀ ਹੋਈ ਹੈ ਨਾ ਆਪਾਂ 2000 ਮੈਨੂੰ ਲੱਗਦਾ ਕਿ 18 19 ਦੇ ਵਿੱਚ ਆਪਾਂ ਇੰਟਰਵਿਊ ਕੀਤੀ ਸੀ ਤਿੰਨ ਸਾਲ ਪਹਿਲੇ ਆਪਾਂ ਇੰਟਰਵਿਊ ਕੀਤੀ ਸੀ ਨਾ ਉਹਦੇ ਵਿੱਚ ਆਪਾਂ ਜ਼ਿਕਰ ਵੀ ਕੀਤਾ ਸੀਗਾ ਇਹਦਾ ਬੀਐਡ ਤੁਸੀਂ ਕੀਤੀ ਹੋਈ ਹੈ ক্রিকেট ਦਾ ਸ਼ੌਕ ਹੈ ਜੇ ਡਾਇਰੈਕਟਰ ਨਾ ਹੁੰਦੇ ਤੇ ਕਿ ਕ੍ਰਿਕਟਰ ਹੁੰਦੇ ਨਹੀਂ ਕ੍ਰਿਕਟਰ ਲਈ ਮੈਨੂੰ ਐ ਲੱਗਦਾ ਸੀ ਕਿ ਥੋੜਾ ਮੈਂ ਲੇਟ ਹੋ ਗਿਆ ਸੀ ਕਿਉਂਕਿ ਇਦਾਂ ਹੁੰਦਾ ਨਾ ਕਿ ਚੀਜ਼ਾਂ ਸਾਈਡ ਬਾਈ ਸਾਈਡ ਚੱਲਦੀਆਂ ਕਿਉਂਕਿ ਕਈ ਲੋਕ ਕੀ ਕਰਦੇ ਆ ਕਿ ਸਾਰਾ ਕੁਝ ਹੀ ਡੈਡੀਕੇਟ ਕਰਦੇ ਹੁਣ ਅਸੀਂ ਚੱਲਦੇ ਸੀ ਸੇਫ ਮੋਡ ਤੇ ਸੇਫ ਮੋਡ ਇਨ ਦਾ ਸੈਂਸ ਸਾਨੂੰ ਇਦਾਂ ਵੀ ਹੁੰਦਾ ਸੀ ਕਿ ਪੜ ਵੀ ਜਾਈਏ ਥੋੜਾ ਜਿਹਾ ਉਹੀ ਜਿਹੜੇ 50 55% ਵਾਲੇ ਬੱਚੇ ਰਾਈਟ ਤੇ ਸਾਨੂੰ ਇਹ ਵੀ ਹੁੰਦਾ ਸੀ ਕਿ ਚਲੋ ਆਪਦਾ ਜਿਹੜਾ ਸ਼ੌਂਕ ਵੀ ਪੂਰਾ ਰੱਖੀਏ ਇਸ ਕਰਕੇ ਜੇ ਤੁਸੀਂ ਇੱਕ ਚੀਜ਼ ਨੂੰ ਵਧੀਆ ਲੈ ਕੇ ਚੱਲਦੇ ਆ ਉਹੀ ਜ਼ਿਆਦਾ ਕਾਮਯਾਬ ਆ ਅਸੀਂ ਜੇ ਮੈਂ ਚਾਹੁੰਦਾ ਮੈਨੂੰ ਲੱਗਦਾ ਨਹੀਂ ਸੀ ਮੈਂ ਕਰੈਕਟਰ ਬਣ ਪਾਉਂਦਾ ਕਿਉਂਕਿ ਅਸੀਂ ਸੇਫ ਮੋਡ 'ਚ ਸੀਗੇ ਸਾਨੂੰ ਇਹ ਸੀ ਕਿ ਅਸੀਂ ਕਿਉਂਕਿ ਮੈਨੂੰ ਹੁਣ ਵੀ ਯਾਦ ਆ ਟੀਚਰ ਕਹਿੰਦੇ ਹੁੰਦੇ ਸੀ ਜਿਹੜੇ ਬੱਚੇ ਪੜਨ ਵਾਲੇ ਆ ਉਹ ਇੱਕ ਸਾਈਡ ਤੇ ਹੋਜੋ ਜਿਹੜਾ ਨੇ ਖੇਡਣਾ ਇੱਕ ਸਾਈਡ ਤੇ ਹੋਜੋ ਸਾਡੀ ਪ੍ਰਾਇੋਰਟੀ ਕਿਤੇ ਨਾ ਕਿਤੇ ਇਦਾਂ ਹੁੰਦਾ ਸੀ ਕਿ ਪੜ ਜਾਈਏ ਇਹ ਤਾਂ ਨਹੀਂ ਸੀ ਕਿ ਮਿਡਲ ਚ ਰਹੀਏ ਦੋਨੇ ਪਾਸੇ ਹਾਂ ਮਤਲਬ ਵੈਸੇ ਬੈਲੈਂਸ ਬਣਾ ਕੇ ਰੱਖਿਆ ਬੈਲੈਂਸ ਬਣਾ ਕੇ ਰੱਖਿਆ ਪੈਂਦਾ ਸੀਗਾ ਕੰਮ ਦੀ ਜੇ ਗੱਲ ਕਰੀਏ 2015 ਤੋਂ ਤੁਸੀਂ ਐਕਟਿਵ ਹੋ ਹੈਨਾ ਇਸ ਲਾਈਨ ਦੇ ਵਿੱਚ ਔਰ ਹੁਣ 2023 ਚੱਲਦਾ ਪਿਆ ਆਪਣੇ ਆਪ ਚ ਕੀ ਚੇਂਜਸ ਵੇਖੇ ਆ ਅਸੀਂ ਤਾਂ ਮਤਲਬ ਤੁਹਾਡੇ ਕੰਮ ਦੇ ਵਿੱਚ ਚੇਂਜਸ ਵੇਖੇ ਆ ਬਟ ਰਾਹੁਲ ਆਪਣੇ ਵਿੱਚ ਕੀ ਚੇਂਜਸ ਵੇਖਦੇ ਆ ਮੈਨੂੰ ਮੈਨੂੰ ਐ ਸੱਚ ਤਾਂ ਕੋਈ ਇੰਨੀ ਜ਼ਿਆਦਾ ਚੇਂजेस ਨਹੀਂ ਲੱਗਦੇ ਪਰ ਬੰਦਾ ਕਿਉਂਕਿ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਉਹ ਜਿਵੇਂ ਹੁੰਦਾ ਨਹੀਂ ਕਿ ਤੁਸੀਂ ਪਹਿਲਾਂ ਇੱਕ ਪੁਰਾਣੀ ਫੋਟੋ ਦੇਖਦੇ ਆਪਦੀ ਉਦੋਂ ਬਾਅਦ ਹੁਣ ਵਾਲੀ ਦੇਖਦੇ ਆਂ ਫੇਰ ਤੁਹਾਨੂੰ ਦੇਖ ਕੇ ਡਿਫਰੈਂਸ ਪਤਾ ਲੱਗਦਾ ਇਹ ਤਾਂ ਸਾਹਮਣੇ ਵਾਲਾ ਦੱਸ ਸਕਦਾ ਕਿ ਬੰਦੇ 'ਚ ਚੇਂਜ ਆ ਗਿਆ ਕਾਫੀ ਪਰ ਆਪਣੀ ਗ੍ਰੋਥ ਵੀ ਇੱਕ ਇਨਸਾਨ ਨੂੰ ਪਤਾ ਹੁੰਦੀ ਕਿ ਮੈਂ ਕਿੰਨਾ ਗਰੋ ਕੀਤਾ ਹਾਂ ਹਾਂ ਥੋੜੇ ਪਹਿਲਾਂ ਨਾਲੋਂ ਥੋੜੇ ਸੈਟੀਸਫਾਈਡ ਆ ਮਤਲਬ ਪਹਿਲਾਂ ਜਦੋਂ ਇੱਥੇ ਇੰਡੀਆ ਹੁੰਦੇ ਸੀ ਇੱਕ ਉਹ ਫਿਊਚਰ ਨੂੰ ਲੈ ਕੇ ਟੈਨਸ਼ਨ ਹੁੰਦੀ ਸੀ ਹੁਣ ਇੱਕ ਟਰੈਕ ਮਿਲਿਆ ਹੈ ਉਹ ਟਰੈਕ ਤੇ ਕੰਮ ਕਰਦੇ ਆ ਤੇ ਸਾਨੂੰ ਮੈਨੂੰ ਲੱਗਦਾ ਕਿ ਥੋੜਾ ਜਿਹਾ ਜਾਂ ਈਜ਼ੀ ਲੱਗਦੀਆਂ ਹੁਣ ਇਦਾਂ ਹੁੰਦਾ ਕਿ ਉਹਦੇ ਤੇ ਕੰਮ ਕਰਨਾ ਬਸ ਜਦੋਂ ਮੈਂ ਕਿਉਂਕਿ ਪਹਿਲੇ ਇੰਟਰਵਿਊ ਸਾਡੀ ਹੈ ਨਾ ਉਹ ਹੋਈ ਸੀ 3 ਸਾਲ ਪਹਿਲੇ ਤੇ ਉਦੋਂ ਆਪਾਂ VFX ਦੀ ਗੱਲ ਕੀਤੀ ਸੀ ਜਦੋਂ ਤੁਹਾਡੇ 올ਡ ਸਕੂਲ ਗੀਤ ਦੇ ਵਿੱਚ ਸੀਗਾ ਹੈ ਨਾ ਕੰਮ ਉਸ ਤੋਂ ਬਾਅਦ ਮਤਲਬ ਹਰ ਕਿਸ ਨੂੰ ਬੜਾ ਐਕਸਪੈਕਟਿਡ ਸੀ ਬਹੁਤ ਐਕਸਪੈਕਟੇਸ਼ਨ ਸੀ ਹੈ ਕਿ ਨਾ ਬਹੁਤ ਕੁਝ ਹੋਏਗਾ ਹੁਣ ਨਵਾ ਤੁਹਾਡੇ ਵੱਲੋਂ ਹੀ ਨਹੀਂ ਸਿਰਫ ਹੋਰ ਡਾਇਰੈਕਟਰਸ ਵੱਲੋਂ ਵੀ ਹੈ ਨਾ ਆਪਾਂ ਦੇਖਿਆ ਹੈ ਕਿ ਠੀਕ ਹੈ ਵੀਡੀਓਜ਼ ਦੇ ਵਿੱਚ ਐਕਸਪੈਰੀਮੈਂਟਸ ਹੁੰਦੇ ਬਟ ਤੁਹਾਨੂੰ ਕੀ ਲੱਗਦਾ ਹੈ ਕਿ ਐਕਸਪੈਰੀਮੈਂਟਲ ਕਿੰਨੀ ਕੁ ਹੋ ਚੁੱਕੀ ਹੈ ਪੰਜਾਬੀ 뮤직 ਇੰਡਸਟਰੀ ਖਾਸ ਕਰਕੇ ਆਪਣੀ ਵੀਡੀਓਜ਼ ਤੇ ਮੈਨੂੰ ਲੱਗਦਾ ਹੁਣ ਤਾਂ ਕਰੀ ਜਾਂਦੇ ਆ ਜਿਵੇਂ ਕੱਲ ਸਿੱਧੂ ਦਾ ਗਾਣਾ ਆਇਆ ਮੇਰਾ ਨਾਮ ਉਹਦੇ ਵਿੱਚ ਤੁਸੀਂ ਦੇਖੋ ਕਿ ਸਾਰਾ ਵੀ ਐਫਐਕਸ ਆ ਭਾਵੇਂ ਸਿੱਧੂ ਸਾਡੇ ਵਿੱਚ ਨਹੀਂ ਆ ਪਰ ਫਿਰ ਵੀ ਉਹਨਾਂ ਨੇ ਮਤਲਬ ਸਿੰਕ ਜਿਹੜੇ ਆ ਉਹ ਐਮ ਐਸ਼ੋ ਕਰਿਆ ਕਿ ਜਦ ਮੈਂ ਸਿੱਧੂ ਦੇ ਰਿਹਾ ਰਾਈਟ ਤੁਸੀਂ ਦੇਖੀ ਹੋਣੀ ਸਾਰੀ ਬਿਲਕੁਲ ਉਹ ਵੀਡੀਓ ਬੀਟੀਐਸ ਵੀ ਹੈ ਬਿਲਕੁਲ ਐਜ਼ a ਸੇਮ ਵੀਐਫਐਕਸ ਟੀਮ ਆ ਜਿਹਨੇ 올ਡ ਸਕੂਲ ਚ ਕੰਮ ਕਰਿਆ ਤੇ ਵਧੀਆ ਕੰਮ ਕਰੀ ਜਾ ਰਹੇ ਨੇ ਟਰਾਈ ਕਰੀ ਜਾ ਰਹੇ ਨੇ ਪਰ ਇਹ ਅਗੇ ਸਿੱਧੂ ਦੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਫਰਕ ਪੈ ਗਿਆ ਕੰਮ ਨੂੰ ਵੀਡੀਓਜ਼ ਨੂੰ ਚੀਜ਼ਾਂ ਬਹੁਤ ਜ਼ਿਆਦੀਆਂ ਇਫੈਕਟ ਕੀਤਾ ਬਹੁਤ ਜ਼ਿਆਦਾ ਮਤਲਬ ਉਹ ਚੀਜ਼ ਤੁਸੀਂ ਮਤਲਬ ਬਿਆਨ ਨਹੀਂ ਕਰ ਸਕਦੇ ਪਰ ਇੰਡਸਟਰੀ ਦੇ ਕਿਸੇ ਵੀ ਬੰਦੇ ਨਾਲ ਗੱਲ ਕਰਕੇ ਦੇਖ ਲਓ ਉਹ ਤੁਹਾਨੂੰ ਕਹਿ ਦੇਗਾ ਕਿ ਹਾਂ ਬਹੁਤ ਜ਼ਿਆਦਾ ਚੇਂਜਸ ਆ ਗਏ ਮਤਲਬ ਪਹਿਲਾਂ ਜਿਵੇਂ ਵੀਡੀਓ ਮਤਲਬ ਕੋਈ ਵੀ YouTube ਤੁਸੀਂ YouTube ਕਿਸੇ ਵੀ ਜਿਹੜਾ ਮਤਲਬ ਵਿਸ਼ੇਸ਼ ਅੱਗੇ ਨਹੀਂ ਹੁੰਦੇ ਉਹਨਾਂ ਨਾਲ ਗੱਲ ਕਰਕੇ ਦੇਖ ਲਓ ਉਹ ਕਹਿਣਗੇ ਕਿ YouTube ਪਹਿਲਾਂ ਨਾਲੋਂ ਡਾਊਨ ਹੋ ਗਿਆ ਲੋਕੀ ਇਹ ਵਾਕਈ ਅਸਰ ਪਿਆ ਤੁਹਾਨੂੰ ਵੀ ਪਤਾ ਹੀ ਹੋਣਾ ਲੋਕੀ ਉਹ ਕਹਿਣਗੇ ਕਿ YouTube ਡਾਊਨ ਹੋ ਗਿਆ ਚੀਜ਼ਾਂ ਪਹਿਲਾਂ ਵਾਂਗੂ ਨਹੀਂ ਰਹੀਆਂ ਪਰ ਇਹ ਕਹਿ ਲੋ ਕਿ ਸਿੱਧੇ ਜਾਂ ਸਿੱਧੇ ਤੌਰ ਤੇ ਫਰਕ ਤਾਂ ਦੇਖਣ ਨੂੰ ਮਿਲ ਹੀ ਰਿਹਾ ਤਾਂ ਲੱਗਦਾ ਸਿੱਧੂ ਦੇ ਜਾਣ ਤੋਂ ਬਾਅਦ ਹੋਰ ਜਿਹੜੇ ਕਲਾਕਾਰ ਵੀ ਸੀਗੇ ਕਿਸੇ ਨਾ ਕਿਸੇ ਤਰੀਕੇ ਨਾਲ ਕਦੀ ਸਿੱਧੂ ਨਾਲ ਜੁੜੇ ਹੋਏ ਸੀਗੇ ਹਨ ਉਹਨਾਂ ਵੱਲੋਂ ਵੀ ਕੰਮ ਘਟ ਗਿਆ ਹਾਂ ਆਬਵੀਅਸ ਹੀ ਗੱਲ ਆ ਮਤਲਬ ਅਸੀਂ ਮੈਂ ਐਜ਼ এ ਵੀਡੀਓ ਡਾਇਰੈਕਟਰ ਆ ਸਕਦਾ ਮੇਰੇ ਹੋਰ ਵੀਡੀਓ ਡਾਇਰੈਕਟਰ ਫਰੈਂਡ ਆ ਤੇ ਉਹਨਾਂ ਨਾਲ ਗੱਲ ਹੁੰਦੀ ਆ ਉਹ ਕਹਿੰਦੇ ਕਿ ਯਾਰ ਪਹਿਲਾਂ ਵਰਗਾ ਕੰਮ ਨਹੀਂ ਆ ਮਤਲਬ ਕਿਸੇ ਤੋਂ 100% ਉਸ ਚੀਜ਼ ਦਾ ਆਨਸਰ ਨਹੀਂ ਹੈਗਾ ਪਰ ਹਰ ਬੰਦਾ ਵਿੱਚੋ ਵਿੱਚ ਇਹ ਫੀਲ ਕਰਦਾ ਕਿ ਪਹਿਲਾਂ ਵਰਗਾ ਕੰਮ ਨਹੀਂ ਹੈਗਾ ਉਹ ਕੰਮ ਨਹੀਂ ਹੋ ਰਿਹਾ ਜੋ ਜੋ ਚੱਲ ਰਿਹਾ ਸੀ ਇਨੇ ਟਾਈਮ ਤੋਂ ਪਹਿਲਾਂ ਵਾਂਗੂ ਨਹੀਂ ਆ ਪਹਿਲਾਂ ਇਦਾਂ ਹੁੰਦਾ ਸੀ ਕੰਮ ਤੇ ਕੰਮ ਆਈ ਜਾਂਦਾ ਸੀ ਆਈ ਜਾਂਦਾ ਸੀ ਪਰ ਹੁਣ ਇੱਕ ਜਿਹਦਾ ਬ੍ਰੇਕ ਜੀ ਲੱਗ ਗਿਆ ਬਾਕੀ ਪੰਜਾਬ ਦੇ ਕਈ ਮੌਜੂਦਾ ਹਾਲਾਤ ਵੀ ਦੇਖ ਲਓ ਕਿ ਕੋਈ ਵੀ ਚੀਜ਼ ਹੁੰਦੀ ਆ ਪੰਜਾਬੀ 뮤జిక్ ਇੰਡਸਟਰੀ ਨੂੰ ਟਾਰਗੇਟ ਕੀਤਾ ਜਾਂਦਾ ਕਿ ਹਾਂ ਭਾਈ ਤੂੰ ਆਹ ਨਹੀਂ ਕੀਤਾ ਉਹ ਨਹੀਂ ਕੀਤਾ ਬੇਸਿਕਲੀ ਐਜ਼ এ ਨਾਗਰਿਕ ਨਹੀਂ ਦੇਖਦੇ ਕਿ ਹੁਣ ਜਿਹੜਾ ਬੰਦਾ ਦੁਕਾਨਦਾਰ ਆ ਉਹ ਵੀ ਉਹਨਾਂ ਦੇ ਭਾਗੀਦਾਰ ਆ ਜੇ ਕੋਈ ਚੀਜ਼ ਨਹੀਂ ਕਰ ਰਿਹਾ ਜਿਹੜਾ ਬੰਦਾ ਕੁਲਫੀਆਂ ਵੇਚਦਾ ਜਿਹੜਾ ਬੰਦਾ ਕੋਈ ਕੰਮ ਕਰ ਰਿਹਾ ਜਿਹੜਾ ਬੰਦਾ ਸਰਕਾਰੀ ਜੋਬ ਕਰ ਰਿਹਾ ਜਾਂ ਪ੍ਰਾਈਵੇਟ ادارے ਚ ਕਰਦਾ ਉਹ ਸਾਰੇ ਸੇਮ ਇਕੁਅਲ ਆ ਪਰ ਸਾਰੇ ਜਣੇ ਉੱਠ ਕੇ ਆਏ ਕਹਿੰਦੇ ਬਈ ਪੰਜਾਬੀ ਸਿੰਗਰ ਨੇ ਸ਼ੇਅਰ ਨਹੀਂ ਕੀਤਾ ਨਾ ਨਹੀਂ ਕੀਤਾ ਸੋ ਸਾਰੇ ਇੱਕ ਤਰ੍ਹਾਂ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਲੱਪੈਂਦੇ ਨੇ ਉਹਨਾਂ ਕਰਕੇ ਵੀ ਮਤਲਬ ਚੀਜ਼ਾਂ ਨੂੰ ਬੜਾ ਲੋਕੀ ਸੇਫ ਚੱਲਦੇ ਨੇ ਕੋਈ ਵੀ ਪੰਜਾਬ ਜੀ ਇਨਸੀਡੈਂਟ ਹੋ ਜਾਏ ਕਹਿੰਦੇ ਕਿ ਚਲੋ ਜੀ ਹੁਣ ਗਾਣਾ ਨਹੀਂ ਕਰਨਾ ਜੇ ਕਰ ਲੋ ਤਾਂ ਬਸ ਤੁਹਾਨੂੰ ਗਾਲਾਂ ਆ ਜਾਂਦੀਆਂ ਥੱਲੇ ਬਿਲਕੁਲ ਨਾਲ ਹੀ ਫੜ ਲੈਂਦੇ ਨੇ ਹੈਂ ਤੂੰ ਕਿਦਾਂ ਕਰਤਾ ਹੂੰ ਹੂੰ ਕਿ ਇਵਨ ਸਿੱਧੂ ਦੇ ਜਾਣ ਤੋਂ ਬਾਅਦ ਵੀ ਬਹੁਤ ਸਾਰੇ ਪ੍ਰੋਜੈਕਟਸ ਜਿਹੜੇ ਲੋਕਾਂ ਨੇ ਡਿਲੇ ਕਿਤੇ ਮਹੀਨਾ ਮਹੀਨਾ ਡਿਲੇ ਡਿਲੇ ਕਿਤੇ ਦੋ ਦੋ ਮਹੀਨੇ ਡਿਲੇ ਕਿਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਫੈਕਟ ਪਿਆ ਕੀ ਇਫੈਕਟ ਇਸ ਇਸ ਟਾਈਪ ਤੋਂ ਅਸੀਂ ਕਹਿ ਸਕਦੇ ਹਾਂ ਕਿ ਇਸ ਵਿਹਾਰ ਨੂੰ ਕਹਿ ਸਕਦੇ ਕਿ ਕੰਪੀਟੀਸ਼ਨ ਸੀਗਾ ਪਹਿਲੇ ਇੰਡਸਟਰੀ ਦੇ ਵਿੱਚ ਕੀ ਹੈ ਨਾ ਇੱਕ ਬੰਦਾ ਇਹ ਕਰ ਰਿਹਾ ਦੂਸਰਾ ਬੰਦਾ ਇਹ ਕਰ ਰਿਹਾ ਅਗੇ ਸਿੱਧੂ ਦਾ ਇਹ ਗਿਆ ਨਾ ਆ ਗਿਆ ਅਗਲਾ ਬੰਦਾ ਹੈ ਨਾ ਉਹ ਉਹ ਚੀਜ਼ਾਂ ਤੋਂ ਤੁਸੀਂ ਕਰ ਹੈਲਦੀ ਕੰਪੀਟੀਸ਼ਨ ਸੀ ਬਿਲਕੁਲ ਕਿਉਂਕਿ ਹਰ ਕੋਈ ਸੋਚਦਾ ਸੀ ਕਿ ਮੈਂ ਬੈਟਰ ਕਰਾਂ ਹੈ ਨਾ ਸੋ ਉਹ ਉਹ ਰੀਜ਼ਨ ਹੈ ਕਿ ਕੰਮ ਥੋੜਾ ਜਿਆਦਾ ਉਸ ਤਰ੍ਹਾਂ ਦਾ ਨਹੀਂ ਹੋ ਪਾ ਰਿਹਾ ਨਹੀਂ ਇੱਕ ਤਾਂ ਚਲੋ ਉਹ ਰੀਜ਼ਨ ਤਾਂ ਹੈਗਾ ਹੀ ਆਬਵੀਅਸ ਜੀ ਗੱਲ ਇੱਕ ਹੁੰਦਾ ਕਿ ਜਿਵੇਂ ਹੁੰਦਾ ਨਹੀਂ ਕਹਿੰਦੇ ਨੇ ਕਿ ਪੂਰੀ ਕਾਇਨਾਤ ਦੀ ਉਦਾਸੀ ਹੂੰ ਕਿਤੇ ਨਾ ਕਿਤੇ ਆਪਾਂ ਸਾਰੇ ਜਣੇ ਫੀਲ ਕਰਦੇ ਆ ਚਲੋ ਆਪਾਂ ਆਫ ਦਾ ਕੈਮਰਾ ਵੀ ਗੱਲ ਕਰਦੇ ਆ ਕਿ ਕਿਤੇ ਨਾ ਕਿਤੇ ਉਹਦੀ ਪ੍ਰੈਜ਼ੈਂਸ ਹੋਣ ਦੇ ਨਾਲ ਬਹੁਤ ਚੀਜ਼ਾਂ ਡਿਫਰੈਂਟ ਸੀਗੀਆਂ ਉਹ ਚੀਜ਼ ਦਾ ਫਰਕ ਤਾਂ ਹੈ ਸਿੱਧੂ ਨੇ ਤੁਹਾਡੇ ਨਾਲ ਬਹੁਤ ਮੇਜਰ ਪ੍ਰੋਜੈਕਟਸ ਕੀਤੇ ਆਪਣੇ ਲਾਈਫ ਤੇ ਹੈਨਾ ਪੀਬੀਐਕਸ 1 ਹੋ ਗਿਆ ਜਸ ਲਿਸਨ ਬੈਡ ਫੈਲਾ ਹੈਨਾ ਔਰ ਡਾਲਰ ਵਰਗੇ ਗੀਤ ਜਿਹੜੇ ਹੈਗੇ 올ਡ ਸਕੂਲ ਜੋ ਕਿ ਪ੍ਰੇਮ ਔਰ ਸਿੱਧੂ ਦਾ 세ਗਾ ਹੋਰ ਵੀ ਬਹੁਤ ਸਾਰੇ ਤੁਸੀਂ ਬੂਟਕਟ ਜਿਹੜਾ ਕੀਤਾ ਹੈਨਾ ਫਰੇਮ ਦੇ ਲਈ ਬਹੁਤ ਸਾਰੇ ਤੁਸੀਂ ਸਿੱਧੂ ਦੇ ਜਿਹੜੇ ਹੈ ਇਨੀਸ਼ੀਅਲ ਸਟੇਜ ਸੀ ਜਦੋਂ ਉਹਨਾਂ ਦੇ ਕੈਰੀਅਰ ਦੀ ਬਹੁਤ ਹਿੱਟ ਗਏ ਆ ਸੁਪਰ ਟੂਪਰ ਹਿੱਟ ਤੁਹਾਨੂੰ ਕਿੰਨਾ ਕਿ ਲਾਸ ਫੀਲ ਹੁੰਦਾ ਐਸ ਅ ਫਰੈਂਡ ਔਰ ਐਸ ਅ ਟੀਮ ਕਿਉਂਕਿ ਟੀਮ ਦੇ ਵਜੋਂ ਹੀ ਤੁਸੀਂ ਕੰਮ ਕਰਦੇ ਹੁੰਦੇ ਸੀਗੇ ਮਤਲਬ ਮੈਨੂੰ ਐਂ ਲੱਗਦਾ ਕਿ ਜੜੀਆਂ ਇਹ ਚੀਜ਼ਾਂ ਨੇ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਅਸੀਂ ਮਤਲਬ ਇਹ ਉਹ ਥਾਟ ਆ ਕਿ ਜਦੋਂ ਕੋਈ ਬੰਦਾ ਮਤਲਬ ਜਦੋਂ ਕੋਈ ਬੰਦਾ ਹਰ ਗਾਣਾ ਹਰ ਸ਼ਬਦ ਕਿਤੇ ਵੀ ਹੁਣ ਅੱਗੇ ਸਿੱਧੂ ਦਾ ਗਾਣਾ ਸੁਣ ਕੇ ਐਂ ਫੀਲ ਹੁੰਦਾ ਸੀ ਕਿ ਕਿਆ ਬਾਤ ਆ ਯਾਰ ਆ ਕੇ ਮੈਂ ਲਿਖ ਲਿਆ ਕੇ ਰੀ ਨੂੰ ਫੋਨ ਕਰਕੇ ਪੁੱਛ ਲੈਣਾ ਯਾਰ ਕਿਵੇਂ ਲਿਖ ਲਿਆ ਇਹ ਥਾਟ ਕਿਵੇਂ ਆਇਆ ਹੁਣ ਇਦਾਂ ਹੁੰਦਾ ਕਿ ਯਾਰ ਕਾਸ਼ ਜਿਹੜੀ ਉਹ ਨਿਊਜ਼ ਸੀ ਕਿ ਉਹਦੀ ਡੈਥ ਹੋ ਗਈ ਉਹ ਝੂਠੀ ਹੋ ਜਾਏ ਮਤਲਬ ਜਿੰਨੇ ਵੀ ਅਸੀਂ ਯਾਰ ਦੋਸਤ ਆਪਸ ਵਿੱਚ ਜਦੋਂ ਸਿੱਧੂ ਦੇ ਰਿਗਾਰਡਿੰਗ ਗੱਲ ਕਰਦੇ ਆ ਸਾਨੂੰ ਐ ਹੀ ਹੁੰਦਾ ਕਿ ਯਾਰ ਕਾਸ਼ ਨਾ ਮਰਦਾ ਕਾਸ਼ ਉਹਨੂੰ ਕੁਝ ਨਾ ਹੁੰਦਾ ਮਤਲਬ ਕਈ ਵਾਰ ਜਦੋਂ ਤੁਸੀਂ ਉਹਨਾਂ ਨੇ ਕਿ ਹਿਊਮਨ ਨੇਚਰ ਆ ਸਾਡੇ ਨਾਲ ਵੀ ਜਦੋਂ ਕੋਈ ਗਲਤ ਇਨਸੀਡੈਂਟ ਹੋ ਜਾਂਦਾ ਅਸੀਂ ਰਿਵਾਈਂਡ ਕਰਦੇ ਆ ਆਪਣੇ ਬ੍ਰੇਨ ਚ ਰੀਲ ਬੈਕ ਕਰਦੇ ਆ ਮੈਨੂੰ ਮਤਲਬ ਤੁਸੀਂ ਸਿਨੈਰੀਓ ਸੋਚਦੇ ਹੋ ਕਾਸ਼ ਉਹ ਕੈਨੇਡਾ ਹੀ ਹੁੰਦਾ ਕਾਸ਼ ਮੈਂ ਉਹਦੇ ਨਾਲ ਹੁੰਦਾ ਮੈਂ ਅਸੀਂ ਗੱਡੀ ਭਜਾ ਲੈਂਦੇ ਲਾਈਕ ਹਿਊਮਨ ਨੇਚਰ ਆ ਨਾ ਤੁਸੀਂ ਬਹੁਤ ਚੀਜ਼ਾਂ ਸੋਚਦੇ ਆ ਕਿ ਯਾਰ ਮਤਲਬ ਆ ਜਿੱਦਾਂ ਹੁੰਦੀ ਨਾ ਹੁੰਦੀ ਨਾ ਮਤਲਬ ਇਹ ਨਹੀਂ ਅਗੇ ਕੈਮਰਾ ਔਨ ਆ ਜਾਂ ਕੁਝ ਵੀ ਆ ਮਤਲਬ ਇਹ ਇੱਕ ਟਰੂ ਫੀਲਿੰਗ ਆ ਮੇਰੀ ਆ ਕਿ ਭਾਵੇਂ ਉਹ ਕੁਝ ਵੀ ਸੀ ਕਿਦਾਂ ਵੀ ਸੀ ਪਰ ਉਹ ਐਜ਼ ਏ ਇੱਕ ਗ੍ਰੇਟ ਲਿਰਿਸਿਸ ਸੀ ਗ੍ਰੇਟ ਸਿੰਗਰ ਸੀ ਉਹ ਮਰਦਾ ਨਾ ਉਹਨੂੰ ਕੋਈ ਹੋਰ ਪਨਿਸ਼ਮੈਂਟ ਮਿਲ ਜਾਂਦੀ ਕੋਈ ਕੁਝ ਵੀ ਹੋਰ ਹੋ ਜਾਂਦਾ ਪਰ ਉਹਦੀ ਡੈਥ ਨਾ ਹੁੰਦੀ ਜੇ ਕਿਸੇ ਨੇ ਉਹਨੂੰ ਹਾਮ ਦੇ ਨਾ ਹੀ ਕੋਈ ਹਾਂ ਮਤਲਬ ਜਿੱਦਾਂ ਹੁੰਦਾ ਨਹੀਂ ਕਿ ਰੱਬ ਹਰ ਬੰਦੇ ਨੂੰ ਇੱਕ ਚਾਂਸ ਦੇ ਦਿੰਦਾ ਕਿ ਉਹਨੂੰ ਵੀ ਉਹ ਉਹ ਡਿਜ਼ਰਵ ਕਰਦਾ ਸੀ ਕਿ ਉਹਨੂੰ ਕੋਈ ਚਾਂਸ ਮਿਲ ਜਾਂਦਾ ਪਰ ਵਰਨਿੰਗ ਮਿਲ ਜਾਂਦੀ ਤੁਸੀਂ ਸਿੱਧੂ ਨਾਲ ਬਹੁਤ ਟਾਈਮ ਕੰਮ ਕੀਤਾ ਹੈ ਕੀ ਸਿੱਧੂ ਕਿਉਂਕਿ ਆਪਾਂ ਪਹਿਲੇ ਵੀ ਸੁਣਿਆ ਸੀ 2000 ਮਨ ਲਗਾ 18 19 ਦੀ ਗੱਲ ਹੈ 19 ਦੇ ਵਿੱਚ ਸ਼ਾਇਦ ਕੀ ਕੈਨੇਡਾ ਸੀਗਾ ਉੱਥੇ ਉਹਨਾਂ ਦੇ ਜਦੋਂ ਗੋਲੀ ਹੱਥ ਤੇ ਲੱਗਦੀ ਹੈ ਹੈਨਾ ਕਿ ਉਹ ਉਹ ਇਨਸੀਡੈਂਟ ਵੱਖਰੇ ਸੀਗੇ ਨਹੀਂ 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 ਉਹ ਉਹ ਇਨਸੀਡੈਂਟ ਐਵੇਂ ਨਹੀਂ ਸੀ ਕਿ ਹੱਥ ਤੇ ਗੋਲੀ ਲੱਗੀ ਆਈ ਥਿੰਕ ਉਹ ਇੰਡੀਆ ਹੀ ਸੀਗਾ ਤੇ ਉਹ ਕੋਈ ਗੋਲੀ ਮਤਲਬ ਜਿਵੇਂ ਹੁੰਦਾ ਨਹੀਂ ਕਿ ਫਾਇਰ ਉਹਨੇ ਕੱਢਿਆ ਤੇ ਉਹ ਬੰਦੂਕ ਦੀ ਨਲੀ ਫਟ ਗਈ ਤੇ ਉਹ ਛਰਰੇ ਬੈਕ ਉਹਦੇ ਆ ਕੇ ਵੱਜੇ ਸੀ ਇਦਾਂ ਦਾ ਕੋਈ ਇਨਸੀਡੈਂਟ ਸੀਗਾ ਉਹ ਹਾਂਜੀ ਤੁਹਾਡੇ ਨਾਲ ਇਹਨਾਂ ਮਤਲਬ ਚੇਹਰੋਨਾਂ ਦੀ ਦੋਸਤੀ ਜਿਹੜੀ ਸੀਗੀ ਹੈਨਾ ਮੈਨੂੰ ਲੱਗਦਾ ਐਂਡ ਟਾਈਮ ਤੱਕ ਦੋਸਤੀ ਸੀਗੀ ਹੈਨਾ ਕਦੀ ਜ਼ਿਕਰ ਹੁੰਦਾ ਸੀ ਇਸ ਗੱਲ ਦਾ ਕਿਉਂਕਿ ਥ੍ਰੈਟ ਤਾਂ ਉਹਨਾਂ ਨੂੰ ਸੀਗਾ ਹੀ ਪਹਿਲੇ ਹੈਨਾ ਕਿ ਜਦੋਂ ਓਬਵੀਅਸਲੀ ਕਿ ਇਨਸਾਨ ਨੂੰ ਪਤਾ ਹੁੰਦਾ ਹੈ ਜਦੋਂ ਉਹ ਆਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਫੋਨ ਤੇ ਕਿ ਮੇਰੇ ਲਈ ਏ ਵਾਲੀ ਜੈਕਟ ਉੱਥੋਂ ਲੈ ਆਓ ਹੈਨਾ ਕਿ ਤਾਂ ਬੁਲੇਟ ਪ੍ਰੂਫ ਜੈਕਟ ਜਿਹੜੀ ਹੈ ਲੈ ਲਓ ਆਬਵੀਅਸਲੀ ਇਨਸਾਨ ਨੂੰ ਪਤਾ ਸੀਗਾ ਕਿ ਮੇਰੇ ਨਾਲ ਕੀ ਹੋ ਰਿਹਾ ਕਿ ਲੋ ਆਪਣੇ ਦੋਸਤਾਂ ਨਾਲ ਵੀ ਗੱਲ ਕਰਦਾ ਸੀ ਕਿ ਮੈਨੂੰ ਆਹ ਪ੍ਰੋਬਲਮ ਹੈ ਆਬਵੀਅਸੀ ਗੱਲ ਆ ਮਤਲਬ ਉਹ ਮੈਨੂੰ ਮੈਨੂੰ ਜੇ ਕੋਈ ਕਹਿੰਦਾ ਕਿ 2000 2022 ਦੇ ਵਿੱਚ ਇਦਾਂ ਹੋਇਆ ਪਰ ਮੈਨੂੰ ਐ ਲੱਗਦਾ ਸੀ ਕਿ ਉਹਨੂੰ ਉਹ ਤਾਂ 2018 ਤੋਂ ਹੀ ਅਨਸੇਫ ਫੀਲ ਕਰ ਰਿਹਾ ਸੀ ਓਕੇ ਹਾਂ ਮਤਲਬ ਜਦੋਂ ਇੱਕ ਹਾਈਪ ਮਿਲ ਗਈ ਸੀ ਹੈਨਾ ਹਾਂ ਮਤਲਬ 2018 ਤੋਂ ਉਹਨੂੰ ਐ ਲੱਗਦਾ ਹੁੰਦਾ ਸੀ ਕਿ ਕੁਝ ਗੜਬੜ ਹੋ ਰਹੀ ਆ ਜਦੋਂ ਵੀ ਘਰੇ ਆਉਣਾ ਜਾਂ ਜਦੋਂ ਵੀ ਮਿਲਣਾ ਉਹ ਇੱਕ ਬੇਚੈਨੀ ਨਹੀਂ ਹੁੰਦੀ ਉਵੇਂ ਉਹ ਬੇਚੈਨ ਹੀ ਹੁੰਦਾ ਸੀ ਕਦੇ ਵੀ ਮੈਂ ਉਹਨੂੰ ਇਦਾਂ ਖੁਸ਼ ਨਹੀਂ ਦੇਖਿਆ ਸੀ ਲੋਕ ਕਹਿੰਦੇ ਸੀ ਕਿ ਹਾਂ ਬਈ ਉਹ ਹਾਈਪ ਚ ਆ ਕਦੇ ਵੀ ਮੈਂ ਉਹਨੂੰ ਇਦਾਂ ਨੋਰਮਲ ਖੁਸ਼ ਨਹੀਂ ਦੇਖਿਆ ਉਹ ਹਮੇਸ਼ਾ ਇੱਕ ਜਿੱਦਾਂ ਜਿੱਦਾਂ ਇੱਕ ਟੈਨਸ਼ਨ ਜੀ ਨਹੀਂ ਹੁੰਦੇ ਟੈਨਸ਼ਨ ਕਹਿ ਲਓ ਜਾਂ ਇੱਕ ਮਤਲਬ ਇੱਕ ਉਹਨੂੰ ਐਂ ਲੱਗਦਾ ਹੁੰਦਾ ਸੀ ਕਿ ਖਤਰਾ ਆਲੇ ਦਿਵਾਲੀ ਆ ਅਸੀਂ ਜਦੋਂ ਕੁਝ ਖਾਣ ਵੀ ਆਂਦੇ ਹੁੰਦੇ ਸੀ ਉਹ ਹਮੇਸ਼ਾ ਚੌਕਸ ਨਹੀਂ ਹੁੰਦਾ ਬੰਦਾ ਕਿਉਂ ਰਹਿੰਦੇ ਸੀ ਜਦੋਂ ਉਹਨੇ ਐਕਟਿਵ ਜਿਹਾ ਰਹਿਣਾ ਚੌਕਸ ਰਹਿਣਾ ਇੱਕਦਮ ਉਹਨੂੰ ਜਦਾਂ ਚੀਜ਼ ਖਾਣ ਲੱਗੇ ਛੱਡ ਦੇਣੀ ਵੇਟ ਕਰਨੀ ਫੇਰ ਖਾਣੀ ਮਤਲਬ ਉਹ ਹੀ ਵਾਸਨਟ ਹੈਪੀ ਮਤਲਬ ਉਸ ਲੈਵਲ ਤੇ ਉਹਨਾਂ ਖੁਸ਼ ਨਹੀਂ ਸੀ ਉਸ ਲੈਵਲ ਤੇ ਇਨਾ ਉਹਨੂੰ 2018 ਤੋਂ ਹੀ ਥ੍ਰੈਟ ਆ ਰਹੀਆਂ ਸੀ ਜਿਹੜੀਆਂ ਮੈਨੂੰ ਪਤਾ ਬਹੁਤ سارے ਲੋਕ ਕਹਿੰਦੇ ਕਿ ਪੋਲਿਟਿਕਸ ਵਿੱਚ ਆਉਂਦਾ ਸਿੱਧੂ ਦਾ ਡਿਸੀਜਨ ਗਲਤ ਸੀ ਤੁਸੀਂ ਇਹ ਮੰਨਦੇ ਹੋ ਕਿ ਗਲਤ ਸੀ ਉਹ ਨਹੀਂ ਮੈਨੂੰ ਐ ਲੱਗਦਾ ਕਿ ਪੋਲਿਟਿਕਸ 'ਚ ਆਉਂਦਾ ਉਹਦਾ ਕਾਰਨ ਹੀ ਇਹ ਸੀ ਕਿ ਸੇਫਟੀ ਕੰਸਰਨ ਉਦਾਂ ਤੁਸੀਂ ਕਿਸੇ ਤੋਂ ਸੇਫਟੀ ਮੰਗਦੇ ਆ ਕਿ ਹਾਂ ਮੈਂ ਅਨ ਸੇ ਫੀਲ ਕਰਦਾ ਮੈਨੂੰ ਸਿਕਿਉਰਟੀ ਦੇ ਦਿਓ ਜਾਂ ਕੁਝ ਵੀ ਐਜ਼ ਅ ਪੋਲੀਟੀਸ਼ੀਅਨ ਉਹ ਸੇਫਟੀ ਲੈਣੀ ਈਜ਼ੀ ਆ ਜਾਂ ਮਤਲਬ ਤੁਹਾਡੀ ਗੱਲ ਵੱਧ ਸੁਣੀ ਜਾਂਦੀ ਆ ਆਈ ਥਿੰਕ ਥੈਟ ਵਾਸ ਵਨ ਆਫ ਦਾ ਰੀਜ਼ਨ ਉਹ ਪੋਲਿਟਿਕਸ ਦੇ ਵਿੱਚ ਆਇਆ ਮਤਲਬ ਉਹ ਜਿੱਦਾਂ ਹੁੰਦਾ ਨਹੀਂ ਕਿ ਤੁਸੀਂ ਇੱਕ ਚੀਜ਼ ਤੋਂ ਬਚਦੇ ਦੂਜੀ ਥਾਂ ਤੇ ਚੱਲ ਗਏ ਦੂਜੀ ਤੋਂ ਫਸ ਕੇ ਤੀਜੀ ਥਾਂ ਤੇ ਚੱਲ ਗਏ ਉਹ ਐਵੇਂ ਹੀ ਮਤਲਬ ਇਸਦਾ ਹੀ ਰਿਹਾ ਮੈਨੂੰ ਜਿੰਨਾ ਮੈਂ ਥਰੂ ਆਲ ਟਾਈਮ ਦੇਖਿਆ ਉਹਨੂੰ ਤੁਸੀਂ ਮੰਨਦੇ ਹੋ ਕਿ ਉਹ ਉਹਨਾਂ ਦੀ ਜ਼ਿੰਦਗੀ ਦੇ 5 6 ਸਾਲ ਜਿਹੜੇ ਜਿਹੜੇ ਤੁਸੀਂ ਵੀ ਗਵਾਓ ਕਿਉਂਕਿ ਉਹਨਾਂ ਦੇ ਹੈਨਾ ਕੰਮ ਦੇ ਉਹਨਾਂ ਦੀ ਉਹ ਸਕਸੈਸ ਤੇ ਕਿ ਉਹ ਅਸੀਂ ਦੇਖਦੇ ਹਾਂ ਕਿ ਬਹੁਤ ਵੱਡਾ ਕੰਮ ਕਰ ਗਿਆ ਹੈ ਨਾ ਹਜੇ ਵੀ ਗਾਣੇ ਜਿਹੜੇ ਆ ਹੀ ਰਹੇ ਹਨ ਉਹਨਾਂ ਦੇ ਰਿਲੀਜ਼ ਬਹੁਤ ਵੱਡੀ ਵੱਡੀ ਕੋਲਾਬੋਰੇਸ਼ਨ ਸੀ ਜਿਹੜੀਆਂ ਹੁਣ ਆਣੀਆਂ ਸੀ ਜੋ ਕਿ ਸ਼ਾਇਦ ਅਗਰ ਰਿਲੀਜ਼ ਵੀ ਹੋਣ ਗਿਆ ਹੈ ਨਾ ਗੁਰਨਾ ਬੁਆਇਜ਼ ਦੇ ਨਾਲ ਹੁਣ ਜਿਹੜੀ ਮੇਰਾ ਨਾਮ ਜਿਹਦੇ ਵਿੱਚ ਹੈਗੀ ਹੈ ਕਿਉਂਕਿ ਬਹੁਤ ਸਾਰੇ ਕਹਿ ਰਹੇ ਸੀ ਕਿ ਡ੍ਰੇਕ ਦੇ ਨਾਲ ਵੀ ਜਿਹੜੇ ਗਾਣੇ ਹੈ ਨਾ ਉਹ ਵੀ ਤਿਆਰ ਹੈ ਸੋ ਇਹ ਬਹੁਤ ਚੀਜ਼ਾਂ ਸੀਗੇ ਬਟ ਉਹਨਾਂ ਲੱਗਦਾ ਕਿ ਉਹ 6 ਸਾਲਾਂ ਦੇ ਵਿੱਚ ਸਿੱਧੂ ਨੇ ਕਮਾਇਆ ਤਾਂ ਬਹੁਤ ਕੁਝ ਹੈ ਪਰ ਆਪਣੀ ਨੀਂਦ ਜਿਹੜੀ ਹੈ ਉਹ ਬਿਲਕੁਲ ਗਵਾ ਕੇ ਬੇਚੈਨ ਹੋ ਮੈਨੂੰ ਐਂ ਲੱਗਦਾ ਜਦੋਂ ਤੁਸੀਂ ਟੌਪ ਆਫ ਦਾ ਵਰਲਡ ਹੁੰਨੇ ਆ ਜਾਂ ਟੌਪ ਆਫ ਦਾ ਹਾਈਟ ਹੁੰਨੇ ਆ ਤੁਹਾਨੂੰ ਸਾਰੇ ਦੇਖ ਸਕਦੇ ਆ ਠੀਕ ਆ ਜਦ ਤੁਸੀਂ ਸਾਰਿਆਂ ਨੂੰ ਦੇਖ ਸਕਦੇ ਆ ਤੁਸੀਂ ਸਾਰੀਆਂ ਉਹ ਐਕਟੀਵਿਟੀਆਂ ਦੇਖ ਸਕਦੇ ਆ ਕਿਤੇ ਨਾ ਕਿਤੇ ਉਹ ਚੀਜ਼ ਲਾਈਨ ਲਾਈਟਰ ਦੇ ਵਿੱਚ ਰਹਿਣਾ ਵੀ ਇੱਕ ਖਤਰਾ ਹੁੰਦਾ ਜਿਹੜੀ ਚੀਜ਼ ਆਪਾਂ ਦੇਖੀ ਆ ਜਿਹਦਾ ਉਹ ਖਮਿਆਜਾ ਉਹਨੂੰ ਹੀ ਭੁਗਤਣਾ ਪਿਆ ਰਾਈਟ ਹੋਰ ਕਿਸੇ ਨੂੰ ਤਾਂ ਕੋਈ ਫਰਕ ਨਹੀਂ ਪਿਆ ਜਾਂ ਉਹਦੇ ਮਾਪੇ ਭੁਗਤ ਰਹੇ ਆ ਕੀ ਮਤਲਬ ਕਿੰਨੇ ਖੱਜਲ ਹੋ ਰਿਹਾ ਉਹਨਾਂ ਨੂੰ ਦੇਖ ਕੇ ਮਤਲਬ ਹਾਲੇ ਵੀ ਮੈਨੂੰ ਐ ਲੱਗਦਾ ਹੁੰਦਾ ਕਿ ਯਾਰ ਇਹਨਾਂ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਕਿਉਂਕਿ ਤੁਸੀਂ ਇਹ ਦੇਖੋ ਕਿ ਇੱਕ ਉਹਦੇ ਉਹਦੇ ਡੈਡੀ ਆਏ ਸੀਗੇ ਅ ਕੈਨੇਡਾ ਦੇ ਵਿੱਚ ਰੈਬਲ ਦੇ ਵਿੱਚ ਸ਼ੋਅ ਹੋਇਆ ਤੇ ਉਹਦੇ ਡੈਡੀ ਆਏ ਉਹਨੇ ਡੈਡੀ ਨੂੰ ਆਪਣੇ ਨੂੰ ਸਟੇਜ ਤੇ ਲੈ ਕੇ ਆਇਆ ਤੁਸੀਂ ਉਹ ਵਾਲੀਆਂ ਚੀਜ਼ਾਂ ਤੋਂ ਬਾਅਦ ਤੁਸੀਂ ਆਪ ਦੇ ਪੁੱਤ ਨੂੰ ਆਪ ਦੇ ਮੁੰਡੇ ਲਈ ਇਨਸਾਫ ਮੰਗ ਰਹੇ ਆ ਮਤਲਬ ਤੁਸੀਂ ਉਹ ਚੀਜ਼ਾਂ ਤੋਂ ਲੈ ਕੇ ਆ ਜਿੰਨਾਂ ਤੱਕ ਦੇਖਣੀ ਆ ਤੇ ਤੁਸੀਂ ਇੱਕ ਟਾਈਮ ਤੇ ਕਿਸੇ ਦੀ ਐਲਬਮਾ ਕਿਸੇ ਦੇ ਗਾਣੇ ਸ਼ੇਅਰ ਕਰ ਰਹੇ ਆ ਤੇ ਇੱਕ ਟਾਈਮ ਤੇ ਤੁਸੀਂ ਉਹਦੀ ਬਰਸੀ ਦੀਆਂ ਫੋਟੋਆਂ ਸ਼ੇਅਰ ਕਰ ਰਹੇ ਆ ਮਤਲਬ ਹਾਊ ਸੈਡ ਇਟ ਇਜ਼ ਇੱਕ ਪੈਰੈਂਟ ਦੇ ਲਈ ਬਿਲਕੁਲ ਬਿਲਕੁਲ ਮਤਲਬ ਸਾਡੇ ਲਈ ਵੀ ਉਹਨਾਂ ਦੇ ਘਰਦਿਆਂ ਲਈ ਵੀ ਮਤਲਬ ਇਟਸ ਵੈਰੀ ਮੈਂ ਕਹਿ ਸਕਦਾ ਕਿ ਬਹੁਤ ਜ਼ਿਆਦਾ ਸੈਡ ਆ ਤੇ ਬਹੁਤ ਜ਼ਿਆਦਾ ਮੰਦਭਗ ਆਇਆ ਕਿ ਸਾਨੂੰ ਆ ਸਾਰਾ ਕੁਝ ਦੇਖਣਾ ਪੈ ਰਿਹਾ ਆਪਣੇ ਜਿੰਦੇ ਜੀ ਕਿ ਕਿਸੇ ਦਾ ਤੁਸੀਂ ਪਹਿਲਾਂ ਇੱਕ ਟਾਈਮ ਤੇ ਉਹਦੇ ਗਾਣੇ ਉਹਦੀਆਂ ਐਲਬਮਾਂ ਸ਼ੇਅਰ ਕਰ ਰਹੇ ਹਾਂ ਤੇ ਉਦੋਂ ਬਾਅਦ ਤੁਸੀਂ ਅਗਲਾ ਉਹਦੀ ਬਰਸੀ ਦੀਆਂ ਫੋਟੋਆਂ ਸ਼ੇਅਰ ਕਰ ਰਹੇ ਹਾਂ ਕਿ ਹਾਂ ਉਹਦੀ ਬਰਸੀ ਆ ਸੋ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਕੋਈ ਕਦੀ ਨਿਕਲ ਵੀ ਨਹੀਂ ਸਕੂਗਾ ਹੈ ਨਾ ਚਾਹੇ ਜਿੰਨੇ ਸਾਲ ਵੀ ਹੋ ਜਾਣ ਨਹੀਂ ਇਹ ਹਮੇਸ਼ਾ ਹੀ ਮਤਲਬ ਕੋਈ ਵੀਡੀਓ ਹਾਲੇ ਵੀ ਸਾਹਮਣੇ ਆ ਜਾਂਦੀ ਕੋਈ ਫੋਟੋ ਸਾਹਮਣੇ ਆ ਜਾਂਦੀ ਤਾਂ ਉਹ ਸੇਮ ਚੀਜ਼ਾਂ ਹਰੀਆਂ ਹੋ ਜਾਂਦੀ ਹੁਣ ਸਾਲ ਹੋਣ ਨੂੰ ਹੈ ਹੁਣ ਹੁਣ ਅੱਜ ਅਪ੍ਰੈਲ ਚੱਲਦੀ ਪਈ ਹੈ ਨੈਕਸਟ ਮੰਥ ਜਿਹੜਾ ਹੈ ਪੂਰਾ ਸਾਲ ਹੋ ਜਾਣਾ ਹੈ 29 ਮਈ ਨੂੰ ਸੋ ਇਹ ਚੀਜ਼ ਤਾਂ ਮੈਨੂੰ ਲੱਗਦਾ ਕਿਸੇ ਦੇ ਦਿਲ ਚੋਂ ਨਹੀਂ ਨਿਕਲੂਗੀ ਬਟ ਇੱਕ ਗੱਲ ਜ਼ਰੂਰ ਪੁੱਛਣਾ ਚਾਹੂੰਗੀ ਤੁਸੀਂ ਸਿੱਧੂ ਜਦੋਂ ਮੈਂ ਬਾਰ ਬਾਰ ਜ਼ਿਕਰ ਕਰ ਰਹੀ ਹਾਂ ਕਿ ਸਟਾਰਟਿੰਗ ਡੇ ਤੋਂ ਹੈ ਨਾ ਜਾਂ ਕਹਿ ਸਕਦੇ ਕਿ ਉਹਨਾਂ ਦੇ ਮੈਨਾਂ ਤੋਂ ਦੂਸਰੇ ਤੀਸਰੇ ਗਾਣੇ ਤੋਂ ਤੁਸੀਂ ਜਿਹ ਉਸ ਟਾਈਮ ਦੇ ਵਿੱਚ ਇੱਕ ਚੀਜ਼ ਅਸੀਂ ਨੋਟਿਸ ਕੀਤੀ ਕਿ ਸਿੱਧੂ ਦੇ ਗਰੁੱਪ ਬੜੇ ਬਦਲੇ ਆ। ਮਤਲਬ ਜਿਨ੍ਹਾਂ ਲੋਕਾਂ ਨਾਲ ਉਹਨਾਂ ਦੀ ਸਟਾਰਟਿੰਗ ਦੇਜ ਦੇ ਵਿੱਚ ਦੋਸਤੀ ਸੀ ਮੈਂ ਕਨਵਰ ਦਾ ਨਾਮ ਇੱਥੇ ਜ਼ਿਕਰ ਕਰਨਾ ਚਾਹੂੰਗੀ ਕਿ ਤੁਹਾਡੀ ਕੁਝ ਵੀਡੀਓਜ਼ ਦੇ ਵਿੱਚ ਅਸੀਂ ਦੇਖਦੇ ਆ ਕਿ ਰਾਤ ਤੁਸੀਂ ਸ਼ੂਟ ਕਰ ਰਹੇ ਹੋ ਹੈਨਾ ਗਾਣਾ ਤੇ ਉਹ ਉਹ ਉੱਥੇ ਹੈਗਾ। ਪ੍ਰੇਮ ਹੁਣਾ ਨਾਲ ਅਸੀਂ ਦੇਖਿਆ ਡਿਸਪਿਊਟ ਨਾਲੇ ਫਾਦਰ ਨੇ ਦੱਸਿਆ ਕਿ ਕੀ ਕਾਰਨ ਸੀ ਕਿ ਪ੍ਰੇਮ ਪਿੱਛੇ हट ਗਿਆ ਸੀ ਹੈਨਾ ਉਹਨਾਂ ਤੋਂ ਜਦੋਂ ਪ੍ਰੇਮ ਨੂੰ ਤੁਮ ਕਿਆਣੀਆਂ ਸ਼ੁਰੂ ਹੋ ਗਈਆਂ ਸੀ। ਬਟ ਸਿੱਧੂ ਦੇ ਜਾਣ ਤੋਂ ਬਾਅਦ ਕਿ ਉਹਨਾਂ ਲੋਕਾਂ ਦੇ ਨਾਲ ਤੁਹਾਡੀ ਗੱਲ ਬਤ ਹੋਈ ਕਦੀ ਤੁਸੀਂ ਉਹਨਾਂ ਦੇ ਨਾਲ ਇਨ ਟੱਚ ਹੋ ਹਜੇ ਚਾਹੇ ਕਨਵਰ ਹੋਵੇ ਚਾਹੇ ਪ੍ਰੇਮ ਹੋਣ ਨਹੀਂ ਮੈਂ ਜਿੱਦਾਂ ਹੁਣ ਪ੍ਰੇਮ ਹੋਣੀ ਤਾਂ ਵਧੀਆ ਫਰੈਂਡ ਨੇ ਮੇਰੇ ਵਧੀਆ ਮਤਲਬ ਉਹਨਾਂ ਨਾਲ ਗੱਲਬਾਤ ਹੁੰਦੀ ਆ ਪਰ ਬਾਕੀ ਹੋਰ ਕਿਸੇ ਨਾਲ ਨਹੀਂ ਗੱਲਬਾਤ ਹੋਈ ਮਤਲਬ ਐ ਸੱਚ ਮਤਲਬ ਨਾ ਹੀ ਮਤਲਬ ਉਹਨਾਂ ਨੇ ਇਸ ਰਿਗਾਰਡਿੰਗ ਕੋਈ ਗੱਲ ਕਰੀ ਆ ਪਰ ਮੈਨੂੰ ਇਦਾਂ ਲੱਗਦਾ ਸੀ ਜਦੋਂ ਆਪਾਂ ਸਾਰੇ ਮਿਲਦੇ ਹੁੰਦੇ ਸੀ ਇੱਕ ਵਧੀਆ ਫਰੈਂਡ ਸਰਕਲ ਹੁੰਦਾ ਸੀ ਜਿਵੇਂ ਹੁੰਦੇ ਆ ਕਿ ਹੁਣ ਚਾਰ ਦੋਸਤ ਇਕੱਠੇ ਬੈਠੇ ਆ ਤਾਂ ਮਤਲਬ ਉਦਾਂ ਦਾ ਬੌਂਡ ਹੁੰਦਾ ਸੀ ਸਾਰਿਆਂ ਦਾ ਬਾਅਦ ਚ ਤੁਹਾਨੂੰ ਪਤਾ ਕਿ ਜਦੋਂ ਲੋਕ ਅਲੱਗ ਹੁੰਦੇ ਆ ਸੌ ਤਰ੍ਹਾਂ ਦੀਆਂ ਕਾਨਫਰੈਂਸੀ ਥਿਊਰੀ ਬਣ ਜਾਂਦੀਆਂ ਸੌ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਪੈਂਦੀਆਂ ਪਰ ਚੱਕਰੇ ਆ ਨਾ ਕਿ ਜਦੋਂ ਤੁਸੀਂ ਦੋਨਾਂ ਦਾ ਪੱਖ ਸੁਣਦੇ ਆ ਤੁਹਾਨੂੰ ਐ ਲੱਗਦਾ ਕਿ ਜਿੰਨਾ ਦੁੱਖ ਮੈਨੂੰ ਆ ਉਹਨਾਂ ਦਾ ਦੁੱਖ ਉਹਨਾਂ ਨੂੰ ਵੀ ਆ ਹਾਂ ਮਤਲਬ ਇਦਾਂ ਦੀ ਤਾਂ ਮੈਂ ਕੋਈ ਗੱਲ ਨਹੀਂ ਦੇਖੀ ਅ ਬਾਕੀ ਆ ਕਿ ਜਦੋਂ ਕੋਈ ਵੀ ਆਪਾਂ ਕੋਈ ਕੰਮ ਕਰਦੇ ਆ ਤਾਂ ਤੁਹਾਡੀ ਸੋਚ ਅਲੱਗ ਆ ਮੇਰੀ ਅਲੱਗ ਆ ਕਿਤੇ ਵਿਚਾਰਕ ਜਾਂ ਕੋਈ ਵੀ ਮਤਭੇਦ ਹੋ ਸਕਦੇ ਆ ਉਦਾਂ ਕੁਛ ਆ ਬਾਕੀ ਤਾਂ ਕੋਮਨ ਫਰੈਂਡ ਹੋਣਾ ਤਨ ਲੱਗਦਾ ਹੈ ਕਿ ਬੜਾ ਕਈ ਵਾਰ ਟਫ ਵੀ ਹੋ ਜਾਂਦਾ ਕਿਉਂਕਿ ਤੁਸੀਂ ਸਿੱਧੂ ਨਾਲ ਵੀ ਤੁਹਾਡਾ ਬਹੁਤ ਅੱਛਾ ਜਿਹੜਾ ਰਿਲੇਸ਼ਨ ਹੈਗਾ ਸੇਮ ਟਾਈਮ ਤੇ ਪ੍ਰੇਮ ਦੇ ਨਾਲ ਵੀ ਅੱਛਾ ਰਿਲੇਸ਼ਨ ਸੀ ਹੈ ਨਾ ਇੱਕ ਟਾਈਮ ਤੇ ਉਹਨਾਂ ਦਾ ਦੋਨਾਂ ਦਾ ਬਹੁਤ ਇੱਕ ਛੋਟੇ ਵੱਡੇ ਭਰਾ ਦੇ ਵਾਂਗ ਉਹਨਾਂ ਦਾ ਰਿਲੇਸ਼ਨ ਸੀਗੇ ਤੇ ਇੱਕ ਟਾਈਮ ਉਹ ਆਉਂਦਾ ਹੈ ਕਿ ਜਦੋਂ ਕੁਝ ਪ੍ਰੇਮ ਦੀ ਲਾਈਫ ਦੇ ਵਿੱਚ ਇਨਸੀਡੈਂਟ ਹੁੰਦਾ ਹੈ ਤੇ ਉਹ ਪਿੱਛੇ ਹਟ ਜਾਂਦੇ ਸਿੱਧੂ ਤੋਂ ਉਸ ਤੋਂ ਬਾਅਦ ਜ਼ਿਕਰ ਹੋਇਆ ਸਿੱਧੂ ਨੇ ਆਪਣੇ ਗੀਤਾਂ ਦੇ ਵਿੱਚ ਵੀ ਹੈ ਨਾ ਹਾਲਾਂਕਿ ਉਸ ਆਪਣੀ ਪੜਾਅ ਸਕ ਸਕਦੇ ਹੋ ਜਾਂ ਆਪਣੀ ਦਿਲ ਦੀ ਗੱਲ ਜਿਹੜੀ ਹੋ ਰੱਖੀ ਸੀ ਕਦੀ ਪ੍ਰੇਮ ਵੱਲੋਂ ਤੁਹਾਡੇ ਨਾਲ ਗੱਲ ਕਦੀ ਹੋਈ ਕਿ ਹਾਂ ਮਤਲਬ ਇਹ ਚੀਜ਼ ਹਰਟ ਹੋਈ ਹੈ ਜਾਂ ਜਿੱਦਾਂ ਵੀ ਹੈ ਨਹੀਂ ਪ੍ਰੇਮ ਵੱਲੋਂ ਮੈਨੂੰ ਪ੍ਰੇਮ ਨੇ ਮੈਨੂੰ ਇਹੀ ਗੱਲ ਕਰੀ ਸੀ ਜਦੋਂ ਉਹਨੂੰ ਸਿੱਧੂ ਦੀ ਡੈਥ ਦਾ ਪਤਾ ਲੱਗਾ ਕਹਿੰਦਾ ਬਰੋਦਰ ਨੂੰ ਪਤਾ ਲੱਗਾ ਮੈਂ ਕਹਿੰਦਾ ਯਾਰ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਤੇ ਪ੍ਰੇਮ ਦੇ ਬ੍ਰਦਰ ਨਹੀਂ ਦੱਸਿਆ ਮੈਨੂੰ ਕਹਿੰਦਾ ਯਾਰ ਮਤਲਬ ਪ੍ਰੇਮ ਦਾ ਵੀ ਰੋਣਾ ਨਿਕਲ ਗਿਆ ਮਤਲਬ ਸਿੱਧੂ ਦੀ ਖਬਰ ਸੁਣ ਕੇ ਤੇ ਮਤਲਬ ਜਿਵੇਂ ਬੰਦਾ ਇੰਟਰਨਲੀ ਆਪਣੀ ਫੀਲਿੰਗ ਸ਼ੇਅਰ ਕਰਦਾ ਬਸ ਆਹੀ ਗੱਲ ਹੋਈ ਸੀ ਹੋਰ ਤਾਂ ਨਹੀਂ ਬਾਕੀ ਜਦੋਂ ਵੀ ਉਹਦਾ ਕੋਈ ਗਾਣਾ ਆਉਂਦਾ ਆ ਜਿਵੇਂ ਇੱਕੋ ਗਾਣਾ ਨਹੀਂ ਆਇਆ ਸੀ ਪੀ ਵੀ ਦੂਜਾ ਦੁ ਆਪਣਾ ਇੱਕ ਗਾਣਾ ਆਇਆ ਸੀ ਕਹਿੰਦਾ ਗਾਣਾ ਦੇਖਿਆ ਕਿੰਨਾ ਵਧੀਆ ਹਾਂ ਮੈਂ ਕਿਹਾ ਬਹੁਤ ਵਧੀਆ ਗਾਣਾ ਲੱਗਾ ਮੈਨੂੰ ਵੀ بس ਮੈਨੂੰ ਉਹ ਗਾਣੇ ਦੇ ਬੋਲ ਨਹੀਂ ਯਾਦ ਹੈਗੇ ਇਹ ਐਕਸਮ ਦੇ ਵਿੱਚੋਂ ਆਇਆ ਸੀ ਨਹੀਂ 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 ਤਿੰਨ ਜ਼ੀਰੋਆਂ ਵਿੱਚੋਂ 7 ਬੱਲੀਏ ਉਹ ਵਾਲਾ ਗਾਣਾ ਸੀ ਹਾਂ ਕਹਿੰਦਾ ਯਾਰ ਕਿੰਨਾ ਵਧੀਆ ਗਾਇਆ ਮੈਂ ਕਿਹਾ ਹਾਂ ਵਧੀਆ ਗਾਇਆ ਮਤਲਬ ਦਿਲ ਦੇ ਵਿੱਚ ਕੁਝ ਨਹੀਂ ਸੀਗਾ ਕੁਝ ਹਾਲਾਤ ਇਦਾਂ ਦੇ ਬਣਦੇ ਸੀ ਹਾਂ ਐਸਾ ੱਚ ਮੈਨੂੰ ਨਹੀਂ ਲੱਗਾ ਉਹ ਮਤਲਬ ਇਵਨ ਜਦੋਂ ਸਿੱਧੂ ਸਿੱਧੂ ਨਾਲ ਮੇਰੀ ਵੀ ਗੱਲ ਹੋਈ ਸੀ ਉਹ ਕਹਿੰਦਾ ਸੀ ਸਿੱਧੂ ਵੀ ਕਹਿੰਦਾ ਹੁੰਦਾ ਇਹ ਕਹਿੰਦਾ ਕੋਈ ਨਹੀਂ ਇਹਨੂੰ ਇੰਡੀਆ ਆਉਣ ਦੇ ਆਪਾਂ ਬਹਿ ਕੇ ਆਪੇ ਸੌਟ ਕਰ ਲੈਣਾ ਮਤਲਬ ਮੈਂ ਇਦਾਂ ਦੀਆਂ ਗੱਲਾਂ ਹੁੰਦੀਆਂ ਸੀ ਬਾਕੀ ਤੁਹਾਨੂੰ ਪਤਾ ਜਦੋਂ ਬੰਦਾ ਚੱਲ ਜਾਂਦਾ ਸਾਰੀਆਂ ਚੀਜ਼ਾਂ ਕੋਈ ਕੋਈ ਗੱਲ ਕਰਨ ਲੱਪੰਦਾ ਕਦੀ ਕੋਈ ਗੱਲ ਕਰਨ ਲੱਪੰਦਾ ਤੁਹਾਡੀ ਹੁਣ ਕੰਮ ਤੇ ਅਸੀਂ ਵੀਡੀਓਸ ਦੁਬਾਰਾ ਆਰਨੇ ਆ ਹਨਾ ਜਿੱਦਾਂ ਹੁਣ ਅੱਜਕੱਲ ਕੀ ਸੋਚ ਰਹੇ ਹੋ ਤੁਸੀਂ ਕੀ ਐਕਸਪੈਰੀਮੈਂਟ ਜਿਹੜੇ ਹੋਣੇ ਚਾਹੀਦੇ ਆ ਆਪਾਂ ਅਦੋਂ ਗੱਲ ਕੀਤੀ ਸੀ ਕਿ ਹਾ ਸਕੂਲ ਦੇ ਵਿੱਚ ਵੀਐਫਐਕਸ ਦਾ ਕੰਮ ਹੈ ਉਹ ਤੁਸੀਂ ਕਹੇ ਕਿ ਐਕਸਪੈਰੀਮੈਂਟ ਹੈ ਮੇਰਾ ਹੈ ਨਾ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਤੁਸੀਂ ਕੁਝ ਐਕਸਪੈਰੀਮੈਂਟ ਕੀਤਾ ਹੈ ਹੈ ਨਾ ਹਾਂਜੀ ਮਨਿੰਦਰ ਬੁੱਟਰ ਹੁਣ ਨਾਲ ਤੁਸੀਂ ਵੀਡੀਓ ਕੀਤੀ ਸੀ ਤਾਂ ਨੇ ਸ਼ੁਰੂ ਦਾ ਉਹ ਮੈਨੂੰ ਇੱਕ ਅੱਛਾ ਕਨਸੈਪਟ ਲੱਗਿਆ ਸੀਗਾ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਹਾਂ ਯਾਰ ਇਹ ਤਾਂ ਹਜੇ ਵਿੱਚ ਸਟਾਰਟ ਹੈ ਆਪਾਂ ਬਹੁਤ ਕੁਝ ਕਰਨੇ ਤੇ ਉਹ ਬਹੁਤ ਕੁਝ ਕੀ ਹੈ ਬਹੁਤ ਕੁਝ ਹੁਣ ਮੈਨੂੰ ਐ ਲੱਗਦਾ ਕਿ ਫਿਲਮ ਕਰ ਲੈਣੀ ਚਾਹੀਦੀ ਮੈਂ ਪੁੱਛ ਰਹੀ ਲੱਗੀ ਸੀ ਹੁਣ ਤੁਹਾਡਾ ਹੈ ਪਲਾਨ ਕਿ ਕਿਹੜੇ ਫਿਲ ਤੇ ਗਾਣੇ ਦਾ ਚਲੋ ਚੱਲੀ ਜਾਣੇ ਨਾਲ ਨਾਲ ਮੈਨੂੰ ਇਹ ਆ ਕਿ ਕਿਤੇ ਨਾ ਕਿਤੇ ਫਿਲਮ ਕਰਨੀ ਚਾਹੀਦੀ ਹੈ ਤੁਹਾਨੂੰ ਲੱਗਦਾ ਕਿ ਇੱਕ ਗਾਣੇ ਦੇ ਵਿੱਚ ਔਖਾ ਹੁੰਦਾ ਹੈ ਇੱਕ 3 ਮਿੰਟ ਦੇ ਗਾਣੇ ਦੇ ਵਿੱਚ ਆਪਣੀ ਕ੍ਰੀਏਟਿਵਿਟੀ ਦਿਖਾਉਣ ਦੇ ਲਈ ਹੈਨਾ ਰਾਧਾਦਰ ਨਗਰ ਤੁਸੀਂ ਇੱਕ ਫਿਲਮ ਕਰ ਰਹੇ ਹੋ 2.5 ਘੰਟੇ ਦੀ 2 ਘੰਟੇ ਦੀ ਹੈਨਾ ਉਹਦੇ ਵਿੱਚ ਥੋੜਾ ਜ਼ਿਆਦਾ ਹੱਥ ਖੁੱਲਾ ਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਜਿਹਨੇ ਕ੍ਰੀਏਟਿਵਿਟੀ ਦਿਖਾਣੀ ਉਹ ਤਾਂ 6 ਸਕਿੰਟ ਦੀ ਰੀਲ 'ਚ ਵੀ ਦਿਖਾ ਦਿੰਦਾ ਪਰ ਇਹ ਆ ਕਿ ਹਾਂ ਥੋੜਾ ਜਿਹਾ ਫਰਕ ਤਾਂ ਹੈ ਪਰ ਉਹ ਆ ਕਿ ਤੁਹਾਨੂੰ ਔਰ ਉਹਦੇ ਵਿੱਚ ਇੱਕ ਚੈਲੰਜ ਇਹ ਹੁੰਦਾ ਫਿਲਮ ਦੇ ਵਿੱਚ ਕਿ ਲੋਕਾਂ ਨੂੰ ਬੰਨ ਕੇ ਰੱਖਣਾ ਨਾ ਲੋਕੀ 5 ਮਿੰਟ ਦੀ ਫਿਲਮ ਦੇਖਦੇ ਆ ਕਹਿੰਦੇ ਚਲੋ ਚੱਲੀਏ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਲਦਾ ਹੈ ਕਿ ਬਹੁਤ ਆਪਣੇ ਆਪ ਤੇ ਬਹੁਤ ਕੰਮ ਕਰਤਾ ਹੈ ਨਾ ਜਦੋਂ ਆਪਾਂ ਪਹਿਲੇ ਦੇਖਦੇ ਸੀ ਤੁਹਾਡੀ ਵਾਈਨਸ ਆਉਂਦੀਆਂ ਹੁੰਦੀਆਂ ਸੀ ਹੈਨਾ ਤੁਸੀਂ ਉਹਦੇ ਦੇ ਵਿੱਚ ਆਪਣੀ ਸਟੋਰੀਜ਼ ਜਾਂ ਤੁਸੀਂ ਡਾਇਰੈਕਟ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਗਾਣੇ ਆਏ ਹੈਨਾ ਹੁਣ ਤੁਸੀਂ ਕਹਿ ਰਹੇ ਹੋ ਫਿਲਮ ਦਾ ਜਿਹੜਾ ਇਹਦੇ ਲਈ ਵੀ ਕੁਝ ਖਾਸ ਤਿਆਰੀ ਕੀਤੀ ਹੈ ਜਾਂ ਫਿਰ ਉਹ ਸਾਰੇ ਜਿਹੜੇ ਹੁਣ ਤੱਕ ਦੇ ਤੁਹਾਡੇ ਐਕਸਪੀਰੀਅੰਸ ਹੈ ਉਹ ਫਿਲਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੇ ਐਕਸਪੀਰੀਅੰਸ ਵੀ ਹੈਗੇ ਆ ਜਿੱਦਾਂ ਹੁਣ ਆਪਾਂ ਬੈਠੇ ਆ ਜਾਂ ਕੁਛ ਵੀ ਆ ਮੈਂ ਜਿਹੜੇ ਗਾਣੇ ਆਪਣੇ ਨੋਟਸ ਦੇ ਵਿੱਚ ਫੋਨ ਦੇ ਜੇ ਕੋਈ ਵੀ ਆਈਡੀਆ ਆਉਂਦਾ ਫਿਲਮ ਦਾ ਮੈਂ ਉਹ ਇਨ ਟਾਈਪ ਕਰਕੇ ਰੱਖ ਲੈਂਦਾ ਉਹਨੂੰ ਜਿਵੇਂ ਇੱਕ ਮੋਟਾ ਮੋਟਾ ਆਈਡੀਆ ਟਾਈਪ ਕਰਕੇ ਰੱਖ ਲੈਣਾ ਉਹ ਸੇਵ ਕਰ ਲੈਣਾ ਹੁਣ ਜਿਹੜੇ ਬੰਦੇ ਨਾਲ ਦੇ ਮੇਰੇ ਵਧੀਆ ਮਿੱਤਰ ਨੇ ਜਿਹੜੇ ਫਿਲਮਾਂ ਲਿਖਦੇ ਨੇ ਤੇ ਮੈਂ ਉਹਨਾਂ ਨਾਲ ਵੀ ਗੱਲ ਕਰੀ ਸੀ ਉਹ ਕਹਿੰਦੇ ਆਈਡੀਆ ਵਧੀਆ ਆਪਾਂ ਬੈ ਕੇ ਲਿਖ ਲਾਂਗੇ ਹੁਣ ਮੈਨੂੰ ਐਸ ਐਚ ਸਿੱਧਾ ਐਕਸਪੀਰੀਅੰਸ ਨਹੀਂ ਹੈਗਾ ਮੈਂ ਵੀ ਕਹਦਾ ਕਿ ਹਾਂ ਭਾਈ ਮੈਂ ਤਾਂ ਫਿਲਮ ਲਿਖ ਦੂੰ ਮੈਂ ਇਦਾਂ ਕਰ ਦੂੰ ਨਹੀਂ ਉਹ ਕਹਿੰਦੇ ਸੀ ਕਿ ਆਪਾਂ ਬਹਿ ਕੇ ਤੁਸੀਂ ਦੱਸੀ ਚੱਲਿਓ ਆਪਦਾ ਆਈਡੀਆ ਬੋਲੀ ਚੱਲਿਓ ਆਪਾਂ ਫਿਲਮ ਲਿਖ ਦਾਂਗੇ ਲਿਖਣ ਨੂੰ ਤਾਂ ਵੈਸੇ ਟਾਈਪ ਹੀ ਕਰਨਾ ਹੁੰਦਾ ਪਰ ਇੱਕੋ ਦਾ ਸਪੈਸੀਫਿਕ ਪੈਟਰਨ ਹੁੰਦਾ ਜਿਹੜਾ ਇੱਕ ਸੌਫਟਵੇਅਰ ਹੁੰਦਾ ਮੈਨੂੰ ਉਹਦਾ ਇਸ ਟਾਈਮ ਨਾਮ ਨਹੀਂ ਯਾਦ ਆ ਰਿਹਾ ਸੋ ਬੇਸਿਕਲੀ ਆ ਕੇ ਤੁਹਾਡੇ ਦਿਮਾਗ ਚ ਚੱਲਦੀਆਂ ਗੱਲਾਂ ਤੁਸੀਂ ਲਿਖ ਸਕਦੇ ਆ ਲਿਖਾਂਗੇ ਵੀ ਤੁਸੀਂ ਆਪਣੀ ਲਿਖੀ ਫਿਲਮ ਹੀ ਡਾਇਰੈਕਟ ਕਰਨਾ ਚਾਹੋਗੇ हां क्योंकि मैं एक दो, दो मैं तो ਵੱਧ ਫਿਲਮਾਂ ਪੰਜ ਛੇ ਸੁਣੀਆਂ ਸੀਗੀਆਂ ਮੈਨੂੰ ਐ ਲੱਗਿਆ ਕਿ ਨਹੀਂ ਮਤਲਬ ਮੇਰਾ ਟੇਸਟ ਹੋਰ ਆ ਉਹਨਾਂ ਦਾ ਹੋਰ ਆ ਬਾਕੀ ਆ ਕਿ ਜੇ ਤੁਸੀਂ ਖੁਦ ਲਿਖੀ ਹੋਈ ਡਾਇਰੈਕਟ ਕਰੋਗੇ ਤਾਂ ਤੁਸੀਂ ਉਹ ਨੂੰ ਵਧੀਆ ਨਿਭਾ ਸਕਦੇ ਆ ਅੱਛਾ 뮤직 ਵੀਡੀਓਜ਼ ਦੇ ਵਿੱਚ ਤੁਹਾਡਾ ਹਰ ਕਿਸ ਨੇ ਕੰਮ ਦੇਖਿਆ ਹੋਵੇਗਾ ਹੈ ਨਾ ਦੇਖਿਆ ਹੈ ਇੱਥੇ ਇੱਕ ਡਾਇਰੈਕਟਰ ਵਜੋਂ ਇੱਕ ਮਤਲਬ ਫੁੱਲ ਫੀਚਰ ਫਿਲਮ ਬਣਾੜੀ ਉਹ ਵੱਖਰੀ ਗੱਲ ਹੈ ਹਾਂਜੀ ਉਹ ਲੋਕਾਂ ਨੂੰ ਆਪਣੇ ਕੌਨਫੀਡੈਂਸ ਦੇ ਵਿੱਚ ਲੈਣਾ ਕਿੰਨਾ ਔਖਾ ਹੈ ਜਾਂ ਫਿਰ ਆਪਣੇ ਆਪ ਨੂੰ ਇੱਕ ਪ੍ਰੂਫ ਪ੍ਰੂਫ ਕਰਨ ਵਾਲਾ ਇਹ ਉਹ ਟਾਈਮ ਹੁੰਦਾ ਹੈ ਕਿ ਹਾਂ ਮੇਰੇ ਤੇ ٹرسٹ ਕਰੋ ਮੈਂ ਅੱਛੀ ਚੀਜ਼ ਹੀ ਬਣਾ ਕੇ ਦਊਗਾ ਹੈ ਨਾ ٹرسٹ ਕਰਵਾਣਾ ਆਪਣੇ ਆਪ ਤੇ ਕਿੰਨਾ ਔਖਾ ਹੈ ਮੈਨੂੰ ਐਂ ਲੱਗਦਾ ਕਿ ਸਭ ਤੋਂ ਪਹਿਲਾਂ ਕੰਟੈਂਟ ਦੂਸਰਾ ਤੁਸੀਂ ਕੰਟੀਨਿਉਟੀ ਚ ਰੱਖ ਰਹੇ ਆ ਤੀਸਰਾ ਕਿ ਤੁਹਾ ਪਬਲਿਕ ਨੂੰ ਇੰਟਰਸਟ ਨਹੀਂ ਲੂਜ਼ ਹੋ ਰਿਹਾ ਉਹ ਇਦਾਂ ਦੀਆਂ ਬੇਸਿਕੀਆਂ ਚੀਜ਼ਾਂ ਆ ਜੇ ਤੁਸੀਂ ਉਹਤੇ ਫੁੱਲਫਿਲ ਕਰ ਲਏ ਕਰ ਰਹੇ ਆ ਤਾਂ ਫਿਰ ਮੈਨੂੰ ਲੱਗਦਾ ਕੋਈ ਪ੍ਰੋਬਲਮ ਨਹੀਂ ਆ ਮੰਨਾ ਕਰ ਸਕਦਾ ਪਹਿਲੇ ਜਿਹੜੇ ਪ੍ਰੋਡਿਊਸਰਸ ਆ ਉਹਨਾਂ ਨੂੰ ਇਹ ਭਰੋਸਾ ਦਿਲਾਣਾ ਕਿ ਹਾਂ ਸਾਡੇ ਨਾਲ ਕੰਮ ਕਰੋ ਅਸੀਂ ਵਧੀਆ ਰਿਜ਼ਲਟ ਹੀ ਆਊਗਾ ਹਾਂ ਮਤਲਬ ਓਬਵੀਅਸੀ ਗੱਲ ਆ ਇਹ ਹੁੰਦਾ ਕਿ ਓਬਵੀਅਸੀ ਗੱਲ ਆ ਇਹ ਹੁੰਦਾ ਕਿ ਜਿਹੜੇ ਪ੍ਰੋਡਿਊਸਰ ਆ ਉਹ ਇੰਟਰਫੇਅਰ ਨਾ ਕਰਨ ਜੋ ਤੁਹਾਡਾ ਥਾਟ ਆ ਉਹ ਤੁਸੀਂ ਪੋਰਟਰੇ ਕਰੋ ਹੁਣ ਜੇ ਤੁਸੀਂ ਇਹ ਸੋਚ ਕੇ ਕਰਨਾ ਕਿ ਇੱਕ ਪ੍ਰੋਡਿਊਸਰ ਆਂਦਾ ਉਹ ਕਹਿੰਦਾ ਮੈਂ ਆ ਚੀਜ਼یں ਐਵੇਂ ਕਰਨੀਆਂ ਦੂਜਾ ਆਂਦਾ ਉਹ ਕਹਿੰਦਾ ਆ ਚੀਜ਼یں ਐਵੇਂ ਕਰ ਲਈਏ ਫਿਰ ਤਾਂ ਦੇਖੋ ਖਿਚੜੀ ਬਣਨੀ ਆ ਜੇ ਵਧੀਆ ਫਿਲਮ ਬਣਾਉਣੀ ਆ ਉਹ ਡਾਇਰੈਕਟਰ ਤੇ ਜਾਂ ਰਾਈਟਰ ਤੇ ਛੱਡ ਦਿਓ ਉਹ ਵਧੀਆ ਬਣਾ ਕੇ ਦੇਣਗੇ ਪੰਜਾਬ ਦੇ ਵਿੱਚ ਵੀ ਇਦਾਂ ਹੁੰਦਾ ਕਿ ਕਈ ਫਿਲਮਾਂ ਮੈਂ ਦੇਖੀਆਂ ਉਹ ਕੁਝ ਫਿਲਮਾਂ ਮੈਂ ਸਿੱਧਾ ਹੀ ਮੈਂ ਡਾਇਰੈਕਟਰ ਨੂੰ ਪੁੱਛਿਆ ਮੈਂ ਕਿ ਭਾਜੀ ਫਿਲਮ ਤਾਂ ਵਧੀਆ ਚੱਲ ਰਹੀ ਸੀ ਆ ਬਾਅਦ ਚ ਜਾ ਕੇ ਕੀ ਹੋ ਗਿਆ ਉਹ ਕਹਿੰਦੇ ਫਿਰ ਪ੍ਰੋਡਿਊਸਰ ਸਾਹਿਬ ਕਹਿੰਦੇ ਸੀ ਉਹ ਫੈਮਿਲੀ ਵਾਲਿਆਂ ਦੇਖਣੀ ਆ ਇੱਥੋਂ ਥੋੜੀ ਸੈੱਟ ਕਰ ਲਓ ਤੇ ਉਹ ਸੈੱਟ ਕਰਨ ਦੇ ਚੱਕਰ 'ਚ ਹੀ ਚੀਜ਼ਾਂ ਖਰਾਬ ਹੋ ਜਾਂਦੀਆਂ ਆ ਕਿਹ ਜੀ ਅਸੀਂ ਗੱਲ ਇਹ ਕਰਦੇ ਆ ਕਿ ਅਸੀਂ ਸਾਊਥ ਦੇ ਸਿਨੇਮਾ ਨੂੰ ਜਿਹੜਾ ਹੈ ਨਾ ਉਹ ਉਹਨਾਂ ਨੂੰ ਕੰਪੀਟੀਸ਼ਨ ਦਵਾਂਗੇ ਆ ਉਹਨਾਂ ਵਰਗਾ ਸਿਨੇਮਾ ਬਣਾਵਾਂਗੇ ਹੈ ਨਾ ਜਾਂ ਫਿਰ ਹਾਲੀਵੁੱਡ ਦੀ ਗੱਲ ਕਰਦੇ ਆ ਤੁਹਾਨੂੰ ਲੱਗਦਾ ਕਿ ਸਾਡੀ ਆਡੀਅנס ਜੇ ਗੱਲ ਕਰੀਏ ਕਿ ਆ ਆਡੀਅנס ਇਹ ਦੇਖਣਾ ਚਾਹਦੀ ਹੈ ਉਹ ਅਸੀਂ ਦੇਖਦੇ ਆ ਕਿ ਉਹੀ ਆਡੀਅੰਸ OTT ਤੇ ਜਾ ਕੇ ਹਰ ਇੱਕ ਕੰਟੈਂਟ ਦੇਖ ਰਹੀ ਹੈ ਹੈ ਨਾ ਬਟ ਜਦੋਂ ਗੱਲ ਇੱਥੇ ਆਉਂਦੀ ਹੈ ਕਿ ਯਾਰ ਸਾਡਾ ਪੰਜਾਬੀ ਸਿਨੇਮਾ ਕਿਵੇਂ ਦਾ ਹੋਣਾ ਚਾਹੀਏ ਉਹ ਸਾਨੂੰ ਕਿਤੇ ਨਾ ਕਿਤੇ ਇੱਕ ਦਾਇਰੇ ਦੇ ਵਿੱਚ ਰੱਖ ਦਿਆ ਤੁਹਾਨੂੰ ਲੱਗਦਾ ਕਿ ਇਹ ਚੀਜ਼ ਹਮੇਸ਼ਾ ਇਦਾਂ ਦੀ ਰਹੇਗੀ ਜਾਂ ਫਿਰ ਕਦੀ ਥੋੜੀ ਜੀ ਆਪਣਾ ਆਪਣੇ ਆਪ ਨੂੰ ਵਾਈਡ ਕਰ ਪਾਏਗੀ ਨਹੀਂ ਵਾਈਡ ਹਾਲੀਵੁੱਡੀ ਹੋ ਰਹੀਆਂ ਫਿਲਮਾਂ ਵੀ ਚੰਗੀਆਂ ਬਣ ਰਹੀਆਂ ਮੈਨੂੰ ਐ ਲੱਗਦਾ ਕਿ ਸਿਰਫ ਮੈਟਰ ਇੱਕ ਛੋਟਾ ਜਿਹਾ ਹੈ ਆ ਕਿ ਕੰਟੈਂਟ ਵਧੀਆ ਹੋਵੇ ਨਹੀਂ ਤਾਂ ਹਾਲੀਵੁੱਡ ਦੀਆਂ ਕਈ ਫਿਲਮਾਂ ਤੁਸੀਂ ਦੇਖੋਗੇ ਜਮਾ ਇੱਕ ਘਰ ਚ ਬਣਿਆ ਹੁੰਦੀਆਂ ਉਹਦੇ ਹੁਣ ਪ੍ਰੋਡਕਸ਼ਨ ਉਹਦੇ ਵਿੱਚ ਕਿੰਨੀ ਕੁ ਹੁੰਦੀ ਆ ਆਈ ਥਿੰਕ ਇਹ ਅਗੇ ਕੰਟੈਂਟ ਤੇ ਤੁਸੀਂ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਆਸ-ਪਾਸ ਪਈਆਂ ਕਿਵੇਂ ਯੂਜ਼ ਕਰ ਰਹੇ ਆ ਉਹ ਮੇਨ ਮੈਟਰ ਆ ਬਾਕੀ ਇਹ ਆ ਕਿ ਤੁਸੀਂ ਆਪਣਾ ਸਟੋਰੀ ਵਰਕ ਕਿਵੇਂ ਕਰਿਆ ਹੋਇਆ ਆ ਠੀਕ ਆ ਸਕ੍ਰੀਨਪਲੇ ਤੁਹਾਡਾ ਕਿਵੇਂ ਲਿਖਿਆ ਹੋਇਆ ਆ ਉਹ ਉਹਦੇ ਤੇ ਹੀ ਆ ਬਾਕੀ ਕਈ ਫਿਲਮਾਂ ਤੁਸੀਂ ਜਮੈਂ ਸਾਰਾ ਹੈਲੀਕਾਪਟਰ ਨੂੰ ਵੀ ਅੱਗ ਲਾ ਦਿਓ ਟੈਂਕ ਵੀ ਲਿਆਓ ਤਾਂ ਵੀ ਨਹੀਂ ਚੱਲਦੀਆਂ ਮੈਟਰ ਤਾਂ ਸਾਰਾ ਕੰਟੈਂਟ ਦਾ ਹੀ ਆ ਨਾ ਹੁਣ ਇਦਾਂ ਨਹੀਂ ਆ ਕਿ ਕਈ ਬੰਦੇ ਕਹਿੰਦੇ ਆ ਕਿ ਸਾਰੀਆਂ 98 ਚੀਜ਼ਾਂ ਪਈਆਂ 98 ਯੂਜ਼ ਕਰ ਲਓ ਹਾਂ ਉਹ ਨਹੀਂ ਹੋਸਿਬਲ ਨਹੀਂ ਹਾਂ ਬਿਲਕੁਲ ਤੁਸੀਂ ਇੱਕ ਛੋਟੇ ਜਿਹੇ ਘਰ ਚੁਪਦੀਆਂ ਫਿਲਮ ਬਣਾ ਸਕਦੇ ਆ ਇੱਥੇ ਕਿੰਨੇ ਲੋਕ ਮਦਦ ਕਰਦੇ ਜਦੋਂ ਤੁਸੀਂ ਪੰਜਾਬ ਦੇ ਵਿੱਚ ਆ ਕੇ ਕੰਮ ਕਰਦੇ ਹੋ ਹੈਨਾ ਦੋ ਪੰਜਾਬ ਦੇ ਹੋ ਪੰਜਾਬ ਤੋਂ ਹੀ ਗਏ ਹੋ ਬਟ ਸਟਿਲ ਇੱਕ ਹੁੰਦਾ ਨਾ ਜਦੋਂ ਮੈਂ ਪਹਿਲੇ ਗੱਲ ਕੀਤੀ ਕਿ ਇੱਕ ਹੁੰਦਾ ਹੈ ਕਿ ਸਾਡਾ ਸਾਡਾ ਇਹ ਗਰੁੱਪ ਹੈ ਜਾਂ ਸਰਕਲ ਹੈ ਬਣਿਆ ਹੁੰਦਾ ਜਦੋਂ ਤੁਸੀਂ ਬਾਹਰੋਂ ਇੱਥੇ ਆ ਕੇ ਕੰਮ ਕਰਦੇ ਹੋ ਜਾਂ ਜਦੋਂ ਜਿੱਦਾਂ ਤੁਹਾਡਾ ਪਲਾਨ ਹੈ ਕਿ ਫਿਲਮ ਕੋਈ ਸ਼ੂਟ ਕਰੂੰਗਾ ਉੱਤੇ ਕੰਮ ਚੱਲ ਰਿਹਾ ਹੈ ਇੱਥੇ ਕਿੰਨੇ ਲੋਕੀ ਹੈਲਪ ਕਰਦੇ ਹੈ ਜਾਂ ਫਿਰ ਇਹ ਹੈ ਕਿ ਭਈ ਮੇਰੀ ਮਦਦ ਕਰੇਗਾ ਤੇ ਤਾਂ ਮੈਂ ਤੇਰੀ ਹੈਲਪ ਕਰੂੰਗਾ ਆਦਰਵਾਇਜ਼ ਨਹੀਂ ਨੀ ਮਦਦੜਾ ਮੈਨੂੰ ਕਨਸੈਪਟ ਬਾਲਾ ਲੱਗਾ ਨਹੀਂ ਆ ਉਹਦਾ ਉਹੀ ਹੁੰਦਾ ਹੈਲਪ ਯਰਸੈਲਫ ਜਿਵੇਂ ਹੁੰਦਾ ਨਹੀਂ ਕਿ ਜੇ ਤੁਸੀਂ ਪਾਣੀ ਪੀਣ ਦਾ ਮੰਗਣਾ ਹੀ ਪੈਣਾ ਠੀਕ ਆ ਮੰਗ ਲਓ ਪਾਣੀ ਕਿ ਹਾਂ ਜੇ ਨਹੀਂ ਆ ਤਾਂ ਕਿਸੇ ਹੋਰ ਤੋਂ ਪੁੱਛ ਲਓ ਬਾਕੀ ਐਡਾ ਕੋਈ ਚੱਕਰ ਨਹੀਂ ਹੁੰਦਾ ਜੇ ਤੁਹਾਡਾ ਆਪ ਦਾ ਕੋਈ ਆਈਡੀਆ ਹੈਗਾ ਆ ਤੁਸੀਂ ਉੱਤੇ ਵਰਕ ਕਰ ਸਕਦੇ ਆ ਗੋਗੀ ਕਈ ਵਾਰ ਕੀ ਹੁੰਦਾ ਕਿ ਤੁਸੀਂ ਕੋਈ ਵੀ ਚੀਜ਼ ਕਿਸੇ ਨੂੰ ਕਹਿੰਦੇ ਆ ਉਹਨੂੰ ਸਮਝ ਹੀ ਨਹੀਂ ਲੱਗਦੀ ਜਾਂ ਆਈਡੀਆ ਉਹਨਾਂ ਨੂੰ ਸਮਝ ਹੀ ਨਹੀਂ ਲੱਗਦਾ ਸੋ ਬੇਸਿਕਲੀ ਹੈਲਪ ਵਾਲਾ ਦਾ ਚੱਕਰ ਨਹੀਂ ਆ ਬਾਕੀ ਬੰਦੇ ਨੂੰ ਕੀ ਚਾਹੀਦਾ ਹੁੰਦਾ ਇੱਕ ਸਟੋਰੀ ਚਾਹੀਦੀ ਹੈ ਪ੍ਰੋਡਿਊਸਰ ਚਾਹੀਦੇ ਆ ਤੇ ਬੰਦਾ ਕੁਝ ਨਾ ਕੁਝ ਕਰ ਲੈਂਦਾ ਬਾਕੀ ਪ੍ਰੋਡਕਸ਼ਨ ਦਾ ਉਹ ਕਹਿੰਦੇ ਉਹ ਤਾਂ ਰੈਡੀ بیٹھے ਹੁੰਦੇ ਆ ਮਤਲਬ ਬਾਹਾਂ ਚੱਕ ਕੇ ਕਿ ਭਾਈ ਦੱਸੋ ਸਹੀ ਕਦੋਂ ਬਣਾਉਣੀ ਫਿਲਮ ਸਾਰੇ ਰੈਡੀ ਆ ਉਹ ਤਾਂ ਕਹਿਣਾ ਮਤਲਬ ਮੈਂ ਤਾਂ ਪ੍ਰੋਡਿਊਸਰ ਹੀ ਹੁੰਦਾ ਬਾਕੀ ਦਾ ਸਾਰਾ ਕੁਝ ਅਰੇਂਜ ਹੋ ਜਾਂਦਾ ਅੱਛਾ ਗਾਣਿਆਂ ਦੇ ਵਿੱਚ ਤੁਸੀਂ ਗੈਰੀ ਸਦੂ ਸਿੱਧੂ ਮੂਸੇਵਾਲਾ ਵਰਗੇ ਹਨ 8 ਸਾਲਾਂ ਕੰਮ ਕੀਤਾ ਹੋਰ ਵੀ ਬਹੁਤ ਸਾਰੀ ਲੰਬੀ ਲਿਸਟ ਹੈ ਜਨਾਂ ਨਾਲ ਤੁਸੀਂ ਕੰਮ ਕੀਤਾ ਹੋਇਆ ਹੈ ਫਿਲਮ ਬਣਾਉਣ ਦੇ ਵਿੱਚ ਕੋਈ ਖਾਸ ਹੈਗਾ ਕਿ ਯਾਰ ਇਸ ਆਰਟਿਸਟ ਨੂੰ ਲੈ ਕੇ ਮੈਂ ਜਿਹੜੀ ਹੈ ਇਹ ਮੇਰੇ ਫਿਲਮ ਦੇ ਹੀਰੋ ਹੀਰੋਇਨ ਹੋਣੇ ਚਾਹੀਦੇ ਆ ਆ ਫਿਲਮ ਬੜੀ ਬਹੁਤ ਵਧੀਆ ਬਣੂਗੀ ਉਹ ਇਦਾਂ ਦਾ ਕੁਝ ਹੈ ਦਿਮਾਗ ਦੇ ਵਿੱਚ ਨਹੀਂ ਮੈਨੂੰ ਥੀਏਟਰ ਆਰਟਿਸਟ ਵਧੀਆ ਲੱਗਦੇ ਪ੍ਰਿੰਸ ਕਮਲਜੀਤ ਭਾਜੀ ਆ ਬੀ ਜੇ ਰੰਦਾ ਵਾ ਵਧੀਆ ਲੱਗਦਾ ਫਿਰ ਮੈਨੂੰ ਮਿੰਟੂ ਕਾਪਾ ਮਤਲਬ ਇਦਾਂ ਦੇ ਕਰੈਕਟਰ ਜਿਹੜੇ ਮਤਲਬ ਵਧੀਆ ਲੱਗਦੇ ਨੇ ਤੇ ਹੋਪਫੁਲੀ ਵਧੀਆ ਸਟੋਰੀ ਲੈ ਕੇ ਜਾਵਾਂਗੇ ਤਾਂ ਅਗਲੇ ਵੀ ਕਹਿਣਗੇ ਕਿ ਹਾਂ ਭਾਈ ਠੀਕ ਆ ਰਾਹੁਲ ਨੂੰ ਹੁਣ ਤੱਕ ਜ਼ਿੰਦਗੀ ਨੇ ਕੀ ਸਿਖਾਇਆ ਟੀਚਿੰਗ ਹੁੰਦੀ ਹੈ ਨਾ ਇੱਕ ਮਤਲਬ ਕੋਈ ਨਾ ਕੋਈ ਜੜੀ ਹੈ ਨਾ ਕੋਈ ਨਾ ਕੋਈ ਚੀਜ਼ ਸਿਖਾ ਜਾਂਦੀ ਹੈ ਜ਼ਿੰਦਗੀ ਹੈ ਨਾ ਹੁਣ ਤੱਕ ਦੇ ਜਿੰਨੇ ਵੀ ਤੁਹਾਡੇ ਅਸੀਂ ਕਹੀਏ ਕਿ ਨਾ ਫਲਸਫਾ ਦੇਖੀਏ ਜ਼ਿੰਦਗੀ ਦਾ ਜਾਂ ਕੰਮ ਦਾ ਕੀ ਸਿਖਾਇਆ ਤੁਹਾਨੂੰ ਜ਼ਿੰਦਗੀ ਮੈਨੂੰ ਇਹ ਆ ਕਿ ਸਿਚੁਏਸ਼ਨ ਕੋਈ ਵੀ ਆ ਜਾਣਾ ਉਹ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਤੇ ਜ਼ਿੰਦਗੀ ਚ ਪੋਜ਼ਿਟਿਵ ਰਹਿਣਾ ਚਾਹੀਦਾ ਤੇ ਖੁਸ਼ ਰਹਿਣਾ ਚਾਹੀਦਾ ਕਦੀ ਕਿਸੇ ਆਪਣੀ ਡਿਸੀਜਨ ਤੇ ਰਿਗਰਟ ਹੋਇਆ ਹੈ ਨਹੀਂ ਹਾਲੇ ਤੱਕ ਤਾਂ ਨਹੀਂ ਜੇ ਹੋਊਗਾ ਵੀ ਮਾੜਾ ਮੋਟਾ ਕਿਤੇ ਸਮੋਸਿਆਂ ਗੋਭੀ ਗਾਜਰ ਤੇ ਹੋਊਗਾ ਰਾਤੀ ਖਾਦਾ ਨਹੀਂ ਹੋਰ ਉਹ ਜਿਵੇਂ ਹੁੰਦਾ ਨਹੀਂ ਕਿ ਇੱਕ ਮੇਰਾ ਫਰੈਂਡ ਸੀ ਉਹ ਕਹਿੰਦਾ ਯਾਰ ਤੂੰ ਵਿਆਹ ਤੇ ਗਿਆ ਹੀ ਹਾਂ ਤੂੰ ਪਾਨ ਦੇਖੇ ਕਹਿੰਦਾ ਨਹੀਂ ਉਹ ਪਿਛਲੇ ਪਾਸੇ ਸੀ ਉਹ ਹੋ ਪਾਨ ਨਹੀਂ ਖਾ ਉਹ ਮਤਲਬ ਉਹਨੂੰ ਐਜ਼ ਰਿਗਰਟ ਨਹੀਂ ਗਿਆ ਸਾਡੇ ਬਾਕੀ ਲਾਈਫ ਗੋਜ਼ ਔਨ ਇਦਾਂ ਦਾ ਤਾਂ ਕੋਈ ਹੈਗਾ ਨਹੀਂ ਸਾਰਾ ਕੁਝ ਸਹੀ ਆ ਬਾਕੀ ਜਿਹਨੇ ਰੋਣਾ ਉਹ ਤਾਂ ਰੋ ਹੀ ਜਾਂਦਾ ਉਹ ਉਹਦਾ ਕੋਈ ਮਿਲੀਅਨ ਤੇ ਵੀ ਬੈਗਰ ਹੋਈ ਜਾਂਦਾ ਕੋਈ 100 ਰੁਪਏ ਜ ਵੀ ਖੁਸ਼ ਆ ਘਾਟੇ ਬਹੁਤ ਖਾਦੇ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਨਹੀਂ ਨਹੀਂ ਮੈਂ ਨਹੀਂ ਖਾਦੇ ਸੱਚ ਨਹੀਂ ਖਾਦੇ ਨਹੀਂ ਮੇਰਾ ਤਾਂ ਓਕੇ ਆ ਸਾਰਾ ਨਹੀਂ ਤਾਂ ਉਹ ਇੰਟਰਵਿਊ ਲਈ ਬੰਦਾ ਕਹਿ ਦਿੰਦਾ ਕਿ ਯਾਰ ਮੈਂ ਬਹੁਤ ਘਾਟੇ ਖਾਦੇ ਮੈਂ ਬਹੁਤ ਤੱਕੇ ਵੀ ਖਾਦੇ ਹਾਂ ਬਹੁਤ ਤੱਕੇ ਖਾਦੇ ਆ ਉਹ ਕਹਿੰਦਾ ਤੱਕੇ ਕਿਵੇਂ ਖਾਦੇ ਆ ਕਹਿੰਦਾ ਪਿੱਛੇ ਯਾਰ ਦੋਸਤ ਨੇ ਆ ਕੇ ਤੱਕਾ ਦੇ ਦਿੱਤਾ ਅੱਛਾ ਯਾਰਾ ਦੋਸਤਾਂ ਦੇ ਮਾਮਲੇ ਦੇ ਵਿੱਚ ਕਿਵੇਂ ਦੇ ਰਹੀ ਤੁਹਾਡੀ ਨਹੀਂ ਵਧੀਆ ਸਾਰੇ ਸਾਰਿਆਂ ਨਾਲ ਵਧੀਆ ਕੋਈ ਇਸ਼ੂ ਨਹੀਂ ਹੈਗਾ ਕਿਸੇ ਨਾਲ ਵੀ ਜਿੱਥੇ ਮਰਜ਼ੀ ਚੱਲ ਜੀਏ ਆਪਾਂ ਕਿਹੜਾ ਕਿਸੇ ਤੋਂ ਪੁੱਛਦੇ ਆ ਜਿੱਦਾਂ ਹੁੰਦਾ ਨਹੀਂ ਕਿਸੇ ਦੇ ਘਰੇ ਗਏ ਕਹਿੰਦਾ ਫਰਿਜ ਚ ਕੀ ਪਿਆ ਕਹਿੰਦਾ ਆਪ ਹੀ ਦੇਖ ਲੈਣਾ ਸੋ ਮੈਨੂੰ ਲੱਗਦਾ ਨਹੀਂ ਕੋਈ ਇਦਾਂ ਦਾ ਇਸ਼ੂ ਆ ਬਾਕੀ ਬੰਦੇ ਨੂੰ ਰੋਂਦੇ ਵੀ ਨਹੀਂ ਰਹਿਣਾ ਚਾਹੀਦਾ ਖੁਸ਼ ਰਹਿਣਾ ਚਾਹੀਦਾ ਚੀਜ਼ਾਂ ਆਪੇ ਹੀ ਸੌਟ ਹੋ ਜਾਂਦੀਆਂ ਚੀਜ਼ਾਂ ਸਮੂਥ ਹੋ ਜਾਂਦੀਆਂ ਜਿਸ ਲਾਈਨ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਇਹ ਲਾਈਨ ਜਿਹੜੀ ਹੈ ਵੈਸੇ ਤਾਂ ਹਰ ਇੱਕ ਕੰਮ ਦੇ ਵਿੱਚ ਹੈ ਨਾ ਖੁਦ ਨੂੰ ਫ੍ਰੀ ਰੱਖਣਾ ਬਹੁਤ ਜ਼ਰੂਰੀ ਹੁੰਦਾ ਬਟ ਇਸ ਲਾਈਫ ਦੇ ਵਿੱਚ ਜੋ ਇੱਕ ਆਰਟਿਸਟ ਦੀ ਲਾਈਫ ਹੈ ਐਡੀਟਰ ਇੱਕ ਡਾਇਰੈਕਟਰ ਵੀ ਆਰਟਿਸਟ ਹੀ ਹੁੰਦਾ ਕਿਉਂਕਿ ਨੇ ਆਪਣੀ ਜਿਹੜੀ 3rd ਆਈ ਦੇ ਨਾਲ ਹੈ ਨਾ ਆਪਣਾ ਸਾਰਾ ਵਿਜ਼ਨ ਦਿਖਾਣਾ ਹੁੰਦਾ ਹੈ ਇਹਦੇ ਵਿੱਚ ਖੁਦ ਨੂੰ ਕੂਲ ਰੱਖਣਾ ਫ੍ਰੀ ਮਾਈਂਡ ਰੱਖਣਾ ਔਰ ਇਸ ਹਿਸਾਬੇ ਦਾ ਰੱਖਣਾ ਕਿ ਯਾਰ ਹਰ ਚੀਜ਼ ਆਂਦੀ ਜਾਂਦੀ ਰਹਿੰਦੀ ਹੈ ਕਿਸੇ ਚੀਜ਼ ਨੂੰ ਬਹੁਤ ਸੀਰੀਅਸ ਨਾ ਲਵੋ ਹੈ ਨਾ ਹਾਂ ਬਿਲਕੁਲ ਉਹ ਕਿੰਨਾ ਕੁ ਜ਼ਰੂਰੀ ਹੈ ਦੇਖੋ ਤੁਸੀਂ ਨਾ ਤੁਸੀਂ ਸਾਰਾ ਕੁਝ ਐਕਸਪੈਕਟ ਰੱਖੋ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਕੋਈ ਬੰਦਾ ਤੁਹਾਡੇ ਨਾਲ ਇੱਥੇ ਬੈਠਾ ਆ ਵਧੀਆ ਦਾ ਨੂੰ ਬੁਲਾ ਕੇ ਗਿਆ ਜੇ ਸੋਸ਼ਲ ਮੀਡੀਆ ਤੇ ਘਰ ਜਾਂਦੇ ਤੁਹਾਨੂੰ ਅਨਫੋਲੋ ਕਰਤਾ ਟੈਨਸ਼ਨ ਨਾ ਲਓ ਖੁਸ਼ ਰਹੋ ਮਤਲਬ ਇਦਾਂ ਦੀਆਂ ਤੁਹਾਨੂੰ ਐਵਰੀ ਡੇ ਚੀਜ਼ਾਂ ਹੁੰਦੀਆਂ ਰਹਿੰਦੀਆਂ ਜੇ ਤੁਸੀਂ ਐਕਸਪੈਕਟਡ ਰੱਖੂਗੇ ਸਾਰਾ ਕੁਝ ਕਿ ਹਾਂ ਆ ਵੀ ਹੋ ਸਕਦਾ ਆ ਵੀ ਹੋ ਸਕਦਾ ਆ ਵੀ ਹੋ ਸਕਦਾ ਕੋਈ ਟੈਨਸ਼ਨ ਨਹੀਂ ਉਹੀ ਬੰਦਾ ਜਿਹਨੇ ਤੁਹਾਨੂੰ ਅਨਫੋਲੋ ਕੀਤਾ 6 ਮਹੀਨੇ ਬਾਅਦ ਫੇਰ ਜੱਫੀ ਪਾ ਕੇ ਬੁਲਾ ਸਕਦਾ ਫੇਰ ਫੋਲੋ ਕਰ ਸਕਦਾ ਫੇਰ ਕਰ ਜੱਗ ਅਨਫੋਲੋ ਕਰ ਸਕਦਾ ਸਾਰਾ ਕੁਝ ਐਕਸਪੈਕਟਡ ਰੱਖੋ ਫੇਰ ਬੰਦੇ ਨੂੰ ਟੈਨਸ਼ਨ ਨਹੀਂ ਹੁੰਦੀ ਅਸੂਲ ਹੁੰਦੇ ਹਰ ਇੱਕ ਦੀ ਜ਼ਿੰਦਗੀ ਦੇ ਤੁਹਾਡੇ ਕੀ ਅਸੂਲ ਹੈ ਮੈਨੂੰ ਇਹ ਹੈ ਕਿ ਖੁਸ਼ ਰਹੋ ਤੇ ਖੁਸ਼ ਰੱਖੋ ਕਿਸੇ ਨੂੰ ਟੈਨਸ਼ਨ ਨਾ ਦਿਓ ਨਾ ਟੈਨਸ਼ਨ ਲਓ ਵਾਲੀ ਮਤਲਬ ਲਾਈਫ ਨੂੰ ਥੋੜਾ ਟੇਕ ਇਟ ਈਜ਼ੀ ਲਓ ਕਈ ਲੋਕ ਬੜਾ ਜ਼ਿਆਦਾ ਸੀਰੀਅਸ ਲੈਣ ਲੱਪ ਜਾਂਦੇ ਨੇ ਤਾਂ ਫੇਰ ਬਹੁਤ ਜ਼ਿਆਦੀਆਂ ਉਹਨਾਂ ਨੂੰ ਉਹ ਖੁਦ ਹੀ ਆਪਣੀਆਂ ਹੀ ਜਿਵੇਂ ਹੁੰਦਾ ਨਹੀਂ ਕਹਿੰਦਾ ਕਿ ਸਭ ਤੋਂ ਵੱਡੀ ਪ੍ਰੋਬਲਮ ਸਾਡੀ ਹੁਣ ਮੰਨ ਲਓ ਇੱਕ ਬੰਦਾ ਆ ਠੀਕ ਆ ਉਹ ਉਹਨੇ ਤੁਹਾਡਾ ਫੋਨ ਨਹੀਂ ਚੱਕਿਆ ਤੁਸੀਂ ਸੋਚ ਲੈਂਦੇ ਅੱਛਾ ਇਹਨੇ ਮੇਰਾ ਫੋਨ ਤਾਂ ਨਹੀਂ ਚੱਕਿਆ ਇਹ ਮੈਨੂੰ ਚੰਗਾ ਨਹੀਂ ਸਮਝਦਾ ਹੋਣਾ ਇਹਨੇ ਮੈਨੂੰ ਬੁਲਾਉਣਾ ਨਹੀਂ ਉਦੋਂ ਬਾਅਦ ਤੁਸੀਂ ਖੈਜਦੇ ਹੋ ਉਹਨੂੰ ਬਲਾਕ ਕਰਦੇ ਹੋ ਡਿਲੀਟ ਕਰਦੇ ਹੋ ਮਿਲਦਾ ਕਹਿੰਦਾ ਯਾਰ ਸੌਰੀ ਕੱਲ ਮੈਂ ਸੁੱਤਾ ਰਹਿ ਗਿਆ ਤੇਰਾ ਫੋਨ ਹੀ ਚੱਕਿਆ ਸੋ ਉਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਆਪਦੇ ਦਿਮਾਗ ਨੂੰ ਥੋੜਾ ਕੂਲ ਰੱਖੋ ਤੁਸੀਂ ਖੁਸ਼ ਰਹੋਗੇ ਜਦੋਂ ਮੈਂ ਕਿਹਾ ਕਿ ਤੁਸੀਂ ਬਹੁਤ ਸਾਰੇ ਆਰਟਿਸਟਾਂ ਨਾਲ ਕੰਮ ਕੀਤਾ ਹੈ ਬਟ ਇਦਾਂ ਦਾ ਕੋਈ ਆਰਟਿਸਟ ਖਾਸਕ ਮਿਊਜ਼ਿਕ ਵੀਡੀਓ ਦੇ ਵਿੱਚ ਪੁੱਛ ਰਹੀ ਆ ਇਦਾਂ ਦਾ ਕੋਈ ਆਰਟਿਸਟ ਜੋ ਅਮਮ ਦਿਲਜੀਤ ਭਾਜੀ ਹੂੰ ਤੇ ਜੇ ਫਿਲਮ ਕਰਨ ਦਾ ਮੌਕਾ ਮਿਲ ਜਾਏ ਨਾਲ ਹਾਂ ਫਿਰ ਤਾਂ ਸੋਨੇ ਦੇ ਸਵਾਗਾ ਪਰ ਮੈਨੂੰ ਇਦਾਂ ਆ ਕਿ ਇੱਕਦਮ ਕੁਝ ਸਾਰੀਆਂ ਚੀਜ਼ਾਂ ਨਾਲ ਮਿਲਣ ਮੈਂ ਮਿਹਨਤ ਕਰਾਂ ਹੌਲੀ ਹੌਲੀ ਮਿਲਣ ਕਹਿੰਦੇ ਨਹੀਂ ਹੁੰਦੇ ਕਿ ਇੱਕਦਮ ਸਾਰਾ ਕੁਝ ਮਿਲ ਜੇ ਫਿਰ ਸਾਰਾ ਖਰਾਬ ਹੀ ਹੁੰਦਾ ਮੈਂ ਕਚਰਾ ਨਹੀਂ ਕਰਨਾ ਚਾਹੁੰਦਾ ਆਰਾਮ-ਰਾਮ ਨਾਲ ਚੱਲਾਂਗੇ ਸਹੀਆਂ ਹਾਂਜੀ ਜਦੋਂ ਮੈਂ ਤੁਹਾਨੂੰ ਪੁੱਛਿਆ ਸੀ ਸਟਾਰਟਿੰਗ ਦੇ ਵਿੱਚ ਕਿ ਕ੍ਰਿਕਟ ਕ੍ਰਿਕਟਰ ਹੁੰਦੇ ਤੁਸੀਂ ਕਿਹਾ ਕਿ ਨਹੀਂ ਉਹ ਮੇਰੀ ਕਿ ਮੇਰਾ ਟਾਈਮ ਨਹੀਂ ਸੀ ਉਹ ਹੈ ਨਾ ਕਿ ਮੇਰੀ ਉਮਰ ਤੁਸੀਂ ਕਿਦਾਂ ਕੁਝ ਬੋਲੇ ਹੋ ਮੈਂ ਮੈਨੂੰ ਐਸੀ ਕਿ ਮਤਲਬ ਅਸੀਂ ਸੇਫ ਮੋਡ ਚ ਚੱਲੇ ਬਹੁਤ ਜ਼ਿੰਦਗੀ ਚ ਸੇਫ ਮੋਡ ਇਨ ਦਾ ਸੈਂਸ ਕਿ ਅਸੀਂ ਇਦਾਂ ਨਹੀਂ ਸੋਚਿਆ ਕਿ ਹਾਂ ਜਿਵੇਂ ਇਦਾਂ ਨਹੀਂ ਸੀ ਕਿ ਸਵੇਰੇ ਦੁਪਹਿਰੇ ਸ਼ਾਮੀ ক্রিকেট ਹੀ ਚੱਲ ਰਹੀ ਹੈ ਕ੍ਰਿਕਟਰ ਤਾਂ ਉਹੀ ਬਣੂਗਾ ਜਿਹੜਾ ਮਿਹਨਤ ਕਰੂ ਸਵੇਰੇ ਦੁਪਹਿਰੇ ਸ਼ਾਮੀ ਜਿਹੜਾ ਗਰਾਊਂਡ 'ਚ ਰਹੂਗਾ ਪਰ ਸਾਨੂੰ ਇਹ ਸੀ ਕਿ ਅਸੀਂ ਖੇਡ ਵੀ ਲਈਏ ਅਸੀਂ ਪੜ੍ਹਾਈ ਵੀ ਕਰ ਲਈਏ ਤੇ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਉਂਦੇ ਹੋ ਜਦੋਂ ਇਸ ਕੈਰੀਅਰ ਨੂੰ ਆਫ ਕਰਦੇ ਹੋ ਹੈ ਨਾ ਉੱਥੇ ਵੀ ਫਿਰ ਸੇਫ ਰਹਿ ਕੇ ਚੱਲੇਓ ਹਾਂ ਪਹਿਲਾਂ ਪਹਿਲਾਂ ਤਾਂ ਐਦਾਂ ਹੁੰਦਾ ਸੀ ਆ ਪੰਜ ਦਿਨ ਟਰੱਕ ਚਲਾਈ ਜਾਣਾ ਦੋ ਕੁ ਦਿਨ ਸ਼ੂਟ ਕਰ ਲੈਣਾ ਸ਼ੂਟ ਕਰ ਲੈਣਾ ਫਿਰ ਐਦਾਂ ਕਰਨਾ ਕਿ ਸ਼ਾਮ ਨੂੰ ਟਰੱਕ ਚਲਾਉਣਾ ਸਵੇਰ ਨੂੰ ਜੇ ਮਾੜਾ ਮੋਟਾ ਕੋਈ ਸ਼ੂਟ ਆ ਗਿਆ ਜਾਂ ਉਦਾਂ ਕਰ ਲੈਣਾ ਫਿਰ ਹੌਲੀ ਹੌਲੀ ਉਹ ਜਿਵੇਂ ਹੁੰਦਾ ਨਹੀਂ ਸੇਫ ਮੋਡ ਨਾਲ ਤੁਸੀਂ ਰਿਪਲੇਸ ਕਰਤੀ ਜੌਬ ਉਵੇਂ ਉਹ ਸੇਫ ਮੋਡ ਚ ਰਿਪਲੇਸ ਕਰੀ ਗਿਆ ਐ ਇਦਾਂ ਨਹੀਂ ਕਿ ਸਾਰਾ ਕੰਮ ਛੱਡ ਕੇ ਬਹਿ ਗਏ ਤੇ ਮੁੜ ਕੇ ਜੀ ਵੀਡੀਓ ਆਊ ਤਾਂ ਦੇਖੀ ਚੱਲੂ ਹਾਂਜੀ ਹਾਂਜੀ ਅੱਛਾ ਟਰੱਕ ਚਲਾਣ ਵਾਲੀ ਗੱਲ ਤੋਂ ਮੈਂ ਵੈਸੇ ਆਪਣਾ ਕਲੋਜ਼ ਹੀ ਕਰਨ ਵਾਲੀ ਸੀ ਇੰਟਰਵਿਊ ਵਾਈਂਡ ਅਪ ਕਰਨ ਵਾਲੀ ਸੀ ਬਟ ਮੈਂ ਇੱਕ ਗੱਲ ਪੁੱਛਣਾ ਚਾਹੂੰਗੀ ਬਹੁਤ ਸਾਰੇ ਪੰਜਾਬ ਦੇ ਯੂਥ ਜਿਹੜਾ ਅਸੀਂ ਦੇਖ ਰਿਹਾ ਨਾ ਉਹ ਬਾਹਰ ਹੀ ਜਾ ਰਿਹਾ ਹੈ ਨਾ ਹਰ ਕਿਸੇ ਦਾ ਰੀਜ਼ਨ ਹੁੰਦਾ ਹੈ ਪਰ ਮੈਂ ਅੱਜ ਕੱਲ ਇਹ ਦੇਖਿਆ ਕਿ ਰੀਜ਼ਨ ਤੋਂ ਇਲਾਵਾ ਇੱਕ ਇੱਕ ਕ੍ਰੇਜ਼ ਵੀ ਬਣ ਚੁੱਕਾ ਇੱਕ ਟ੍ਰੈਂਡ ਬਣ ਚੁੱਕਾ ਕਿ ਕਿਸੇ ਵਾਰ ਭਈ ਫਲਾਣੇ ਦਾ ਮੁੰਡਾ ਜਾਂ ਫਲਾਣਾ ਮੇਰਾ ਦੋਸਤ ਬਾਹਰ ਤੇ ਮੈਂ ਵੀ ਬਾਹਰ ਹੀ ਜਾਣਾ ਹਾਂ ਜੀ ਤੁਸੀਂ ਕਿਉਂਕਿ ਬਾਹਰ ਰਹਿੰਦੇ ਹੋ ਜ਼ਿਆਦਾ ਹੈ ਨਾ ਉੱਥੇ ਉੱਥੇ ਕਿਵੇਂ ਦੇਖ ਰਹੇ ਹੋ ਕਿ ਪੰਜਾਬੀ ਸਰਵਾਈਵ ਕਿਵੇਂ ਕਰ ਰਹੇ ਹੈ ਕੰਮ ਹੈ ਉਹਨਾਂ ਕੋਲ ਉੱਥੇ ਨਹੀਂ ਅੱਜ ਦੀ ਰੇਟ ਤੇ ਤਾਂ ਰੈਸੈਸ਼ਨ ਚੱਲਦਾ ਪਿਆ ਕੰਮ ਥੋੜਾ ਘਟਾ ਪਰ ਸਾਰਿਆਂ ਦਾ ਮਨ ਮੇਰੇ ਵਰਗਾ ਹੀ ਹੈ ਮੈਨੂੰ ਲੱਗਦਾ ਪਹਿਲਾਂ ਮਤਲਬ ਅਲਟੀਮੇਟਲੀ ਬਹੁ ਲੋਕਾਂ ਨੂੰ ਇਦਾਂ ਲੱਗਦਾ ਕਿ 2-3 ਮਹੀਨੇ ਤੱਕ ਇੰਡੀਆ ਰਹੀਏ ਤਾਂ ਵਧੀਆ ਆ ਪਰ ਇਹ ਆ ਕਿ ਹੌਲੀ-ਹੌਲੀ ਚੀਜ਼ਾਂ ਓਪਨ ਅਪ ਹੋ ਰਹੀਆਂ ਆ ਹਾਲੇ ਰਾਈਟ ਨਾਉ ਥੋੜਾ ਰੈਸੈਸ਼ਨ ਆ ਇਕਦਮ ਬਹੁਤ ਸਟੂਡੈਂਟ ਚੱਲ ਗਿਆ ਉਹਦੇ ਕਰਕੇ ਆ ਸਾਰੇ ਫੁੱਲ ਟਾਈਮ ਕੰਮ ਕਰ ਸਕਦੇ ਆ ਉਹਦੇ ਕਰਕੇ ਥੋੜੇ ਜਿਹਾ ਵਿੰਡੋ ਛੋਟੀ ਹੋ ਗਈ ਆ ਕੰਮ ਦੀ ਤੇ ਕੰਮ ਘੱਟ ਮਿਲ ਰਿਹਾ ਪਰ ਹੋਪਫੁਲੀ ਉਹ ਵੀ ਸੈੱਟ ਹੋ ਜਾਊਗਾ ਜਲਦੀ ਤੁਹਾਡਾ ਪਿੰਡ ਜ਼ਿਆਦਾ ਦਿਲ ਲੱਗਦਾ ਹੈ ਨਾ ਹਾਂ ਪਿੰਡ ਵੀ ਵਧੀਆ ਚੰਡੀਗੜ੍ਹ ਵੀ ਵਧੀਆ ਕੈਨੇਡਾ ਵੀ ਵਧੀਆ ਪਰ ਇਹ ਆ ਕਿ ਹਾਂ ਸ਼ਾਮ ਨੂੰ ਇੱਥੇ ਇੱਕ ਰੀਜ਼ਨ ਹੈਗਾ ਆਜੀ ਦਾ ਹਾਂ ਤੇ ਵਧੀਆ ਦਿਲ ਲੱਗਾ ਰਹਿੰਦਾ ਕੁਛ ਨਾ ਕੁਛ ਕਰਦੇ ਰਹੀਦਾ ਉਹ ਚੀਜ਼ ਹੈ ਕੋਈ ਇਦਾਂ ਦੀ ਚੀਜ਼ ਐਂਡ ਦੇ ਵਿੱਚ ਇਹ ਪੁੱਛਣਾ ਚਾਹੂੰਗੀ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਹਾਂ ਆਉਣ ਵਾਲੇ 1 ਸਾਲ ਦੇ ਵਿੱਚ ਮੈਂ ਚੀਜ਼ ਕਰਾਂ ਫਿਲਮ ਤੋਂ ਇਲਾਵਾ ਫਿਲਮ ਡਾਇਰੈਕਟ ਕਰਨ ਤੋਂ ਇਲਾਵਾ ਕੋਈ ਹੋਰ ਚੀਜ਼ ਜੋ ਤੁਸੀਂ ਚਾਹੁੰਦੇ ਹੋ ਕਿ ਮੈਂ ਆ ਜਿੰਦਗੀ ਦੇ ਵਿੱਚ ਯਾਰ ਮੈਨੂੰ ਜਿੱਥੇ ਤੱਕ ਮੈਂ ਤੁਹਾਨੂੰ ਨੋਟਿਸ ਕੀਤਾ ਆਬਜ਼ਰਵ ਕੀਤਾ ਹੈ ਤੁਹਾਡੀ ਇਹ ਆਦਤ ਰਹਿੰਦੀ ਹੈ ਕਿ ਮੈਂ ਹਰ ਚੀਜ਼ ਹੈ ਨਾ ਇੱਕ ਵਾਰ ਟ੍ਰਾਈ ਜ਼ਰੂਰ ਕਰਾਂ ਆਬਵੀਅਸਲੀ ਹੈ ਨਾ ਬਟ ਕੋਈ ਇਦਾਂ ਦੀ ਚੀਜ਼ ਜੋ ਤੁਸੀਂ ਚਾਹੁੰਦੇ ਹੋ ਕਿ ਨਵੀਂ ਆ ਮੈਂ ਹੁਣ ਤੱਕ ਨਹੀਂ ਕੀਤੀ ਬਟ ਮੈਂ ਹੁਣ ਕਰਨਾ ਚਾਹਾਂ ਮੈਨੂੰ ਇਦਾਂ ਲੱਗਦਾ ਕਿ ਅ ਸਰਤਾਜ ਦੀ ਵੀਡੀਓ ਸਵਿਟਜ਼ਰਲੈਂਡ ਚ ਸ਼ੂਟ ਕਰੀ ਜਾਵੇ ਜਾਂ ਗਰੀਜ਼ ਦੇ ਵਿੱਚ ਉਹ ਕਿਉਂ ਮੈਂ ਮਤਲਬ ਲੋਕੇਸ਼ਨ ਵਧੀਆ ਹੈ ਤੇ ਮੈਂ ਸਰਤਾਜ ਸਾਹਿਬ ਦੀਆਂ ਕਈ ਵੀਡੀਓ ਦੇਖਦਾ ਉਹ ਵੱਖਰੀਆਂ ਵੱਖਰੀਆਂ ਲੋਕੇਸ਼ਨਾਂ ਤੇ ਜਾ ਕੇ ਬਣਾਉਂਦੇ ਆ ਤਾਂ ਕਰਕੇ ਮੈਨੂੰ ਇਹ ਆ ਕਿ ਕਿੱਦਾਂ ਦੀ ਚੀਜ਼ ਹੋ ਜੇ ਵਧੀਆ ਆ ਬਾਕੀ ਤਾਂ ਠੀਕ ਆ ਕੋਈ ਬੜਾ ਹੈ ਨਹੀਂ ਆ ਕਿ ਇੱਧਰ ਉੱਧਰ ਚੀਜ਼ਾਂ ਕਰੀਆਂ ਜਾਣ ਬਾਕੀ ਠੀਕ ਆ ਹਰ ਚੀਜ਼ ਹਰ ਚੀਜ਼ ਆਪਣੀ ਜਗ੍ਹਾ ਠੀਕ ਆ ਆਪਣੀ ਜਗ੍ਹਾ ਠੀਕ ਆ ਸਾਰਾ ਕੁਝ ਥੈਂਕ ਯੂ ਸੋ ਮਚ ਰਾਹੁਲ ਜਾਨੂ ਸਮਾਂ ਦੇਣ ਦੇ ਲਈ ਐਂਡ ਉਮੀਦ ਕਰਦੇ ਆ ਕਿ ਆਉਣ ਵਾਲਾ ਸਮਾਂ ਜੋ ਆਨਾ ਹੈ ਜੋ ਤੁਸੀਂ ਸੋਚਿਆ ਹੋਇਆ ਹੈ ਜਿਹੜੇ ਤੁਹਾਡੇ ਡ੍ਰੀम्स ਆ ਫੁੱਲਫਿਲ ਜਲਦੀ ਹੋਣ ਹਨ ਇੰਨੇ ਸਾਰੇ ਗਾਣਿਆਂ ਦੇ ਵੀਡੀਓ ਸਾਨੂੰ ਬਣਾਦੇ ਦੇਖਿਆ ਲੋਕਾਂ ਨੇ ਪਸੰਦ ਵੀ ਬਹੁਤ ਕੀਤੀ ਹੈ ਕਨਸੈਪਟਸ ਵੀ ਅਸੀਂ ਤੁਹਾਡੇ ਜਿਹੜੇ ਹੈ ਤੁਹਾਡਾ ਜਿਹੜਾ ਵਿਜਨ ਹੈ ਉਹ ਅਸੀਂ ਦੇਖਿਆ ਹੋਇਆ ਹੈ ਬਟ ਅਸੀਂ ਫਿਲਮ ਦੇ ਵਿੱਚ ਵੀ ਦੇਖਣਾ ਚਾਹੁੰਦੇ ਹਾਂ ਸੋ ਉਹ ਵਾਲਾ ਜਿਹੜਾ ਡ੍ਰੀਮ ਵੀ ਉਹ ਜਲਦ ਪੂਰਾ ਹੋਵੇ ਥੈਂਕ ਯੂ ਸੋ ਮਚ ਸੋ ਐਜਨ ਸੜਨਾਲ ਰਾਹੁਲ ਚਾਹਲ ਉਮੀਦ ਕਰਦੇ ਹਾਂ ਸਾਨੂੰ ਇੰਟੂ ਵੀ ਵਧੀਆ ਲੱਗੇ ਹੋਵੇ ਔਰ ਰਾਹੁਲ ਦੇ ਲਈ ਇਆ ਉਹਦੇ ਵੀਡੀਓਜ਼ ਲਈ ਜੇ ਕੋਈ ਸੁਜੈਸ਼ਨ ਨੇ ਤੇ ਜ਼ਰੂਰ ਕਮੈਂਟ ਦੇ ਵਿੱਚ ਲਿਖੋ ਜੇ ਪਸੰਦ ਆਈਏ ਇੰਟਰਵਿਊ ਜ਼ਰੂਰ ਕਮੈਂਟ ਕਰੋ ਅਗਲੀ ਵਾਰ ਮਿਲਦੇ ਹਾਂ ਅਦੇ ਤੱਕ ਮੇਨੂੰ ਯਾਨੀ ਕਿ ਨਹਿਮਨ ਹਾਸਨ ਦਾ ਉਹ ਇਜਾਜ਼ਤ ਸਤਿ ਸ਼੍ਰੀ ਅਕਾਲ